बड़ी खुश लगती है। लै खुश ना होव होर की करा जी, मेरी गल सुनो तुसी, मैनू चार पांच सूट लिया दो, मैं तां इदों भी बागो बाग हो जूंगी। अच्छा लै होर ओ सूट नाले गल सुनो, सूटां दे नाल नाल मैनू डोरियां भी लिया दियो, फिर ही गड्डे ते पंजाब घूमूं मैं। क्यों कोई प्रोग्राम हो रहा है इन्ना कुछ मंगदी है? लै प्रोग्राम दा की पता लगदा जी, कदों आ जी। अच्छा चल ऐ करांगे फिर आपां, हुण जीरी वेची है नवी नवी, हां सूट भी तैनूं लिया के दे दांगे फिर। लै फिर सोहणा जिहा लिया दियो चंगा। ना ना वधिया लिया दांगे, होर डिमांड दस कोई। ਡਿਮਾਂਡ ਓਹੋ ਯਾਦ ਆ ਗਿਆ ਮੇਰੇ, ਵੇ ਕਹਿੰਦੇ ਅੱਜ ਕੱਲ੍ਹ ਉਹ ਕੀ ਕਹਿੰਦੇ ਉਹਦਾ ਮਾਸਕ, ਮਾਸਕ ਵਾਲਾ ਸੂਟ ਆਉਂਦਾ ਉਹ ਲਿਆ ਤੀ ਮੈਨੂੰ, ਤਾਂ ਕੀ ਆ 200 ਵੱਧ ਲੱਗ ਜੂਗਾ। ਅੱਛਾ ਲੈ ਹੋਰ ਚਲ ਉਹ ਵੀ ਲਿਆ। ਦੇਖੀ ਸਹੀ ਜਦੋਂ ਮੈਂ ਸੂਟ ਨਾਲ ਦਾ ਮਾਸਕ ਪਾ ਕੇ ਠੁੰਮਕ ਠੁੰਮਕ ਝਾਂਜਰਾਂ ਪਾ ਕੇ ਧਰਿਆ ਪੈਰ, ਵੇ ਦੂਰੋਂ ਦੇਖਣਗੇ ਲੋਕ ਖੜ ਖੜ ਕੇ। ਆਹੋ ਲੋਕਾਂ ਨੂੰ ਖੜ ਖੜ ਦਿਖਾਉਣ ਨੂੰ ਦੱਸ ਕੀ ਹੈ, ਵੇ ਤੂੰ ਦੇਖ ਲਈ ਗੱਲਾਂ ਬੜੀਆਂ ਕਰਦਾ। ਚੱਲ ਮੈਂ ਤੈਨੂੰ ਕਹਤਾ ਮੈਨੂੰ ਸੂਟ ਲਿਆ ਕੇ ਦੇ, ਚੱਲ ਚੱਲ ਤੋ ਆਈ ਕਰਦੀਆਂ, ਨਵਾਂ ਸੂਟ ਦੇਖਦੀਆਂ ਕੋਈ, ਜਿਹੜਾ ਵੀ ਇਹ 'ਚੋਂ ਵਧੀਆ ਲੱਗਿਆ ਉਹਦੀ ਆਹ ਫੋਟੋ ਜੀ ਖਿੱਚ ਕੇ ਦੇ ਦੂੰ ਮੈਂ ਤਾਂ, ਵੀ ਆਹ ਲਿਆ ਦੇ। ਬੱਬੂ ਕੀ ਕਰੀ ਜਾਂਦੀ ਹੈ? ਲੈ ਮੈਂ ਤਾਂ ਜੀ ਸੂਟ ਦੇਖਦੀ ਸੀ ਹੋਰ ਕੋਈ, ਮੈਂ ਕਿਹਾ ਚੱਲ ਜੇ ਕੋਈ ਇੱਕ ਅੱਧਾ ਹੋਰ ਪਸੰਦ ਹੋ ਗਿਆ ਉਹ ਵੀ ਮੰਗਾ ਲਾਂਗੇ। ਅੱਛਾ ਲੈ ਚੱਕ ਸੂਟ ਲੈ ਵੀ ਤੁਸੀਂ ਹੋਰ ਕੀ, ਮੈਂ ਤੈਨੂੰ ਕਿਹਾ ਲੈ ਕੇ ਵੀ ਕਰ ਲਾਂ ਜਾਊਂਗਾ ਬਾਜ਼ਾਰ। ਹਾਏ ਰੱਬਾ ਕਿੰਨੀ ਸੋਹਣੀ ਕਢਾਈ ਵਾਲੇ ਲਿਆਈ ਤੁਸ ਤਾਂ, ਵਧੀਆ ਲੱਗਿਆ ਸੂਟ ਤਾਂ ਬਹੁਤ ਸੋਹਣਾ ਗਾ, ਪਰ ਮੇਰੀ ਗੱਲ ਸੁਣੋ ਬਾਕੀ ਲਿਫਾਫਾ ਤੁਸੀਂ ਖਾਲੀ ਲਈ ਆਉਨੇ ਹੋ। ਓਏ ਉਹ ਤਾਂ ਜਿੰਨੇ ਕੇ ਪੈਸੇ ਤੇ ਮੈਂ ਲੈ ਆਇਆ। ਲੈ ਦੇਖੀ ਮੈਂ ਤੁਹਾਨੂੰ ਕਿਹਾ ਤਾਂ ਸੀ ਮੈਨੂੰ ਮਾਸਕ ਵਾਲਾ ਸੂਟ ਲਿਆ ਦਿਓ ਨਾਲੇ ਪਰਾਂਦੀ ਲਿਆ ਦਿਓ। ਓਏ ਆੜਤੀ ਨਾਲੇ ਹਿਸਾਬ ਕਿਤਾਬ ਜਾਂ ਨਹੀਂ ਕਰਿਆ, ਜਦੋਂ ਅਗਲੀ ਜਿਹੜੇ ਜਾਊਂਗਾ ਨਾਲੇ ਪਰਾਂਦੀਆਂ ਲਿਆ ਦਿਓ ਨਾਲੇ ਤੇਰੀਆਂ ਨਾਲੇ ਤੇਰਾ ਮਾਸਕ ਵਾਲਾ ਸੂਟ ਜਾਂ ਲਿਆ ਕੇ ਦੇ ਦੂੰਗਾ। ਚੱਲ ਠੀਕ ਆ, ਚੱਲ ਕੋਈ ਨਹੀਂ ਜਦੋਂ ਅਗਲੀ ਗੇੜ ਜਾਊਂਗੇ ਨਾ ਨਾਲੇ ਤਾਂ ਸੂਟ ਹੋਰ ਮਿਲ ਜੂਗਾ ਮੈਨੂੰ ਇਹਨੇ ਬਹਾਨੇ ਨਾਲ, ਨਾਲੇ ਕੋਈ ਡਿਜ਼ਾਈਨ ਹੋਰ ਆ ਜੂਗਾ ਤਾਂ ਨਵੇਂ ਤੇ ਨਿੱਤ ਨਵੇਂ ਡਿਜ਼ਾਈਨ ਦੇਖਦੀ ਆ। ਫਿਰ ਤੂੰ ਕਹਿੰਦੇ ਨੇ ਆ ਲਿਆ ਦੇ ਆ ਲਿਆ ਦੇ, ਡਿਜ਼ਾਈਨ ਆਉਂਦੇ ਹੀ ਬਹੁਤ ਨੇ ਪਰ ਫਿਰ ਵਾਰੀ ਵਾਰੀ ਐਂ ਜੋ ਹੋ ਜਾਂਦਾ, ਚਲ ਆ ਵੀ ਮੰਗਾ ਕੇ ਪਾ ਲੈਨੀ ਆ ਆ ਵੀ ਮੰਗਾ ਕੇ ਪਾ ਲੈਨੀ ਆ। ਓਏ ਐਂ ਤਾਂ ਫਿਰ ਆਈਏ ਜਾਂਦੇ ਹੁੰਦੇ ਨੇ, ਥੋੜੀ ਆ ਵੀ ਹਰ ਇੱਕ ਡਿਜ਼ਾਈਨ ਦੇ ਲੈਣਾ ਹੈ। ਚਲ ਕੋਈ ਨਹੀਂ ਜੀ ਤੁਸੀਂ ਵੀ ਆ ਕੁੜਤਾ ਪਜਾਮਾ ਹੋਰ ਲਿਆਓ, ਆਹੀ ਪਾਈ ਫਿਰਦੇ ਜਿੱਬਾਂ ਜਿਹੀਆਂ ਵਾਲਾ ਉਹ ਲਿਆਉਂਗਾ। ਚਲ ਐਂ ਕਰ ਹੁਣ ਚਾਹ ਪਾਣੀ ਬਣਾ ਕੇ ਲਿਆ, ਥੱਕਿਆ। ਚਾਹ ਪਾਣੀ ਮੈਂ ਹੁਣੇ ਬਣਾ ਕੇ ਲਿਆਉਣੀ, ਪਰ ਤੁਸੀਂ ਯਾਦ ਰੱਖਿਓ ਮੇਰਾ ਮਾਸਕ ਵਾਲਾ ਸੂਟ। ਨਾ ਨਾ ਕੋਈ ਨਾ ਆਹੋ ਚੱਲ ਜੀਰੀਆਂ ਜੂਰੀਆਂ ਤਾਂ ਵਧੀਆ ਸਮ ਗਈਆਂ ਚਾਚਾ, ਬੜ ਬੜ ਗਈਆਂ। ਹਾਂ ਹੁਣ ਨਾਲੇ ਚਾਚਾ ਜੇ ਆਪਾਂ ਨੂੰ ਆਹ ਖੂੰਜਾ ਜਿਹਾ ਵੀ ਦੇ ਦੇ ਨਾ, ਆਪਣਾ ਸਾਰਾ ਪਟਾ ਜਿਹਾ ਸਿੱਧਾ ਹੋ ਜੇ। ਉਹ ਕੋਈ ਨਾ ਭਤੀਜ ਸਾਵਾ ਰੱਖ, ਇਹ ਵੀ ਦੇ ਦੂਗਾ ਕਿਸੇ ਦਿਨ। ਕਿਉਂ ਕੀ ਗੱਲ ਚਾਚਾ ਮੰਨ ਗਿਆ? ਉਹ ਮੰਨ ਗਿਆ ਨਹੀਂ ਮੰਨ ਜੂਗਾ, ਹੌਲੀ ਹੌਲੀ ਸਬਰ ਤਾਂ ਰੱਖ ਤੂੰ। ਐਂ ਤਾਂ ਸਾਬਰਿਆ ਚਾਚਾ, ਕੋਈ ਨਾ ਕਰ ਲਾਂਗੇ ਆਪਾਂ। ਨਹੀਂ ਮੰਨਦਾ ਫਿਰ ਲਪੇਟ ਦਿੰਦੇ ਸਾਲੇ ਨੂੰ। ਕੋਈ ਕਾਨੂੰਨ ਲਪੇਟਣ ਦੀ ਕੋਈ ਲੋੜ, ਆਪਾਂ ਪਿਆਰ ਨਾਲ ਹੀ ਮਨਾ ਲਾਂਗੇ, ਹੈਗੇ ਨੇ ਆਪਣੇ ਕੋਈ ਤਰੀਕੇ ਜੇ ਨਹੀਂ ਮੰਨੂਗਾ। ਪਿਆਰ ਨਾਲ ਮੰਨਣ ਵਾਲੀ ਜਲਸ ਨਹੀਂ ਹੈਗੀ ਚਾਚਾ ਉਹ। ਕੋਈ ਨਾ ਜੀ, ਕਿਉਂ ਸਿੱਧੀ ਉਂਗਲ ਨਾਲ ਨਾ ਨਿਕਲਿਆ, ਆਪਾਂ ਉਂਗਲ ਟੇਢੀ ਕਰਨ ਵੀ ਜਾਣਦੇ ਹਾਂ। ਚੱਲ ਤੇਰੀ ਮਰਜ਼ੀ ਹੈ ਚਾਚਾ, ਚਲ ਆਇਆ ਆਪਾਂ ਮਾਰ ਕੇ ਹੀ ਗੇੜਾ। ਕਿੰਨੀ ਵਾਰ ਕਿਹਾ ਵੀ ਆ ਚੱਜ ਨਾਲ ਦਰਵਾਜ਼ਾ ਜਿਹਾ ਲਵਾ ਦੇ, ਭਰਿਆ ਪਿਆ ਸਾਰਾ ਮਿੱਟੀ ਨਾਲ, ਦੱਸ ਬੰਦਾ ਝਾੜਨ ਵਾਲਾ ਵੀ ਕੀ ਕਰੇ ਵਾਰੀ ਵਾਰੀ। ਉਹ ਬੱਬੂ ਕੀ ਬੁੜਬੁੜ ਕਰੀ ਜਾਂਦੀ ਹੈ? ਬੁੜਬੁੜ ਕੀ ਕਰਦੀ ਹੈ ਜੀ, 4 ਸਾਲ ਹੋ ਗਏ ਤੁਹਾਨੂੰ ਕਹਿੰਦੀ ਨੂੰ ਵੀ ਆਹ ਲਵਾ ਦਿਓ ਲੱਕੜ ਦਾ ਦਰਵਾਜ਼ਾ ਜਾ, ਆਹ ਮਿੱਟ ਨਾ ਭਰ ਜਾਂਦਾ ਤੀਜੇ ਦਿਨ। ਚਲ ਕੋਈ ਨਾ, ਇਹ ਤਾਂ ਆਪਾਂ ਐਤਕੀ ਲਵਾ ਦਾਂਗੇ, ਅਜੇ ਬੈਠ ਗੱਲਾਂ ਬਾਤਾਂ ਕਰਦੇ ਆਪਾਂ। ਲੈ ਗੱਲਾਂ ਬਾਤਾਂ ਕੀ ਜੀ, ਮੈਂ ਤਾਂ ਝਾੜਦੀ ਝਾੜਦੀ ਨਾ ਇਹ ਸੋਚੀ ਜਾਂਦੀ ਸੀ, ਦੇਖੀ ਮੈਂ ਕਿਹਾ ਪਰਮਾਤਮਾ ਨੇ ਨਾ ਆਪਣੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ, ਦੇਖ ਲਾ ਵਾਹਿਗੁਰੂ ਨੇ ਆਪਣੇ ਕੋਲ ਹਰ ਚੀਜ਼ ਝੋਲੇ ਦੇ ਵਿੱਚ ਪਾ ਰੱਖੀ ਹੈ। ਮੇਰਾ ਤਾਂ ਕਦੇ ਕਦੇ ਜੈਖਣ ਦਾ ਚਿੱਤ ਜਾਂ ਨਿਕਲਣ ਲੱਗ ਜਾਂਦਾ, ਕਿਤੇ ਹੋਰ ਹੀ ਨਾ ਆਪਣੇ ਘਰ ਨੂੰ ਨਜ਼ਰ ਲੱਗ ਜੇ, ਚੰਦਰੀ ਲੋਕਾਂ 'ਚ ਤਾਂ ਨਜ਼ਰ ਵੀ ਬਹੁਤ ਮਾੜੀ ਹੈ, ਕਿਤੇ ਆਪਾਂ ਨੂੰ ਨਜ਼ਰ ਲੱਗ ਜੇ ਹੈ। ਆਹ ਤੇਰੇ ਸਾਹਮਣੇ ਮੈਂ ਤਾਂ ਦੇਖ ਲਾ ਦਿਨ ਵਿੱਚ ਦੀ ਇੱਕ ਟਾਈਮ ਇਹੋ ਜਿਹਾ ਜਾਣ ਨਹੀਂ ਦਿੰਦੀ, ਜਦੋਂ ਮਿਰਚਾਂ ਚਹਾ ਚਹਾ ਕੇ ਨਾ ਮੈਂ ਤਾਂ ਸਾਰੇ ਪਿੰਡ ਨੂੰ ਚਿੱਕਾਂ ਲਾ ਰੱਖੀਆਂ ਨੇ। ਉਹ ਐਡਾ ਕੀ ਨਜ਼ਰ ਲੱਗਣਾ ਆਪਣੇ ਲਵੇ ਕੀ ਹੈ? ਲੈ ਦੱਸ ਆਏ ਨਾ ਕਿਹਾ ਕਰੋ ਜੀ,
कई बार छोटिया छोटिया गल्लां दे विच ना बड़ी खुशी हुंदी है। जरूरी नहीं भी खुशी पैसे ना ही मिलती है, एवें ना कमल मारिया करो। कोई नहीं, जदों मालक ने चाहे होर बथेरा कुछ हो जाऊगा। चल ये भी गल तेरी ठीक है, चलो परमात्मा अपनी खुशियां नजर ना लावे, है ना। हाँ, मोती पुन्न कीते होए जिहड़े अपनी दवानी। चल कोई नहीं, कदे तो होया मोती पुन्न। अज कल तो तैनू पता ही है, कोई किसी नूं रुपया दे के राजी नहीं गा। आ लै सच रुपये तो याद आया मैनू, आ भी जिन्हां नाल अपना जमींदार रौला जिहा सीगा, हैं कदे कुछ उह तैनू आए हुण बोले बूले तां नहीं हैगे? ओह ना ना, हुण नहीं बोलदे हैगे उह। ਉਹਨਾਂ ਦੀ ਛਿੱਤਰ ਪਲੇਟ ਚੰਗੀ ਤਰ੍ਹਾਂ ਹੋਈ ਹੋਈ ਹੈ ਹੁਣ। ਫਿਰ ਤਾਂ ਹੀ ਤਾਂ ਡਰ ਲੱਗਦਾ ਮੈਨੂੰ, ਤੂੰ ਫਿਰ ਉਹੀ ਗੱਲ ਚੱਪਲ ਲਾਉਣ ਲੱਗਿਆ ਦੇਖਦਾ ਨਹੀਂ ਹੈਗਾ। ਉਹ ਨਾਲੇ ਆਪਣਾ ਰੌਲਾ ਕਾਹਦਾ, ਨਾਲ ਤੂੰ ਵੀ ਧੱਕੇ ਨਾਲ ਜ਼ਮੀਨ ਦੱਬਣ ਨੂੰ ਫਿਰਦੇ ਨੇ। ਚੱਲ ਕੋਈ ਨਹੀਂ, ਦੇਖ ਮੇਰਾ ਤਾਂ ਭਾਈ ਆਪਦੇ ਪਰਿਵਾਰ ਨੂੰ ਇਹ ਕਹਿਣਾ ਹੈਗਾ ਵੀ ਜਦੋਂ ਵੀ ਖੇਤ ਬੰਨੇ ਜਾਂਦੇ ਹਾਂ ਮਾੜਾ ਜਿਹਾ ਵਿੜਕਣਾ ਜਾਇਆ ਕਰੋ, ਅੱਜ ਕੱਲ੍ਹ ਕਿਸੇ ਦੇ ਅੰਦਰ ਦਾ ਕੋਈ ਪਤਾ ਨਹੀਂ ਗਾ। ਓਏ ਉਹ ਤਾਂ ਗੱਲ ਤੇਰੀ ਠੀਕ ਹੈ, ਪਰ ਜਿੱਥੇ ਤੱਕ ਮੈਂ ਸੋਚਦਾ ਨਾ, ਉਹਨਾਂ ਦੀ ਛਿੱਤਰ ਪਲੇਟ ਇਸ ਸਿਆਮ ਨਾਲ ਹੋਈ ਹੈ, ਉਹ ਮੇਰੇ ਕਨੀ ਬੋਲਣਾ ਦਾ ਉਹ ਚੱਕਣ ਨੂੰ ਜੀ ਨਹੀਂ ਕਰਦਾ ਨਾ। ਦੱਸ ਬੇ, ਸਿਆਣੇ ਕਹਿੰਦੇ ਨੇ ਸ਼ਿਕਾਰੀ ਸ਼ਿਕਾਰ ਕਰਨ ਤੋਂ ਪਹਿਲਾਂ ਨਾ ਭੋਰਾ ਵੀ ਨਹੀਂ ਪਤਾ ਲੱਗਣ ਦਿੰਦਾ, ਉਹ ਤਾਂ ਉਹਦੀ ਪਤਾ ਲੱਗਦਾ ਤਾਂ ਦਬੋਚ ਲੈਂਦਾ। ਚੱਲ ਕੋਈ ਨਹੀਂ, ਦੇਖ ਲਾਂਗੇ। ਆਹੋ ਦੇਖ ਲਾ, ਦੁੱਖ ਲਾਂਗੇ ਨਹੀਂ ਗਏ। ਮੇਰੀ ਜ਼ਿੰਦਗੀ ਤੁਹਾਡੇ ਸਿਰ ਤੇ ਆ, ਧਿਆਨ ਨਾਲ ਚੱਲਿਆ ਕਰੋ ਭਾਈ, ਆਦੀ ਵਿੜਕ ਨਾ ਜਾਇਆ ਕਰੋ। ਨਾਲੇ ਗਾ ਸੁਣ, ਹੋਰ ਜਦੋਂ ਤੁਰ ਕੇ ਜਾਣਾ ਉਹਨਾਂ ਕੋਲ ਡਾਂਗ ਡੂੰਗ ਹੱਥ 'ਚ ਲੈ ਕੇ ਜਾਇਆ ਕਰ, ਖਾਲੀ ਹੱਥੀ ਨਾ ਜਾਇਆ ਕਰ। ਉਹ ਤਾਂ ਚੱਲ ਠੀਕ ਹੈ, ਚੱਲ ਚਾਹ ਪਾਣੀ ਬਣਾ ਲੈ ਵਾਲੀ, ਹੁਣ ਡਰਾਇਆ ਜਾਣਾ ਕਰ। ਆਹੋ ਉਹ ਡਰਾਉਂਦੀ ਨਹੀਂ ਹੈਗੀ, ਡਰ ਤਾਂ ਮੈਨੂੰ ਲੱਗਦਾ ਹੈ। ਚੱਲ ਠੀਕ ਹੈ। ਆ ਭਤੀਜ ਮੰਜਾ ਆ, ਪਤਾ ਨਹੀਂ ਕਿਹੜਾ ਰੱਖੀ ਬੈਠਾ ਇੱਥੇ, ਜੱਗੇ ਦੇ ਕੰਮ ਹੋਣੇ। ਉਸੇ ਦਾ ਹੀ ਹੈ ਚਾਚਾ। ਚਲ ਆਪਾਂ ਕੀ ਮੰਜਾ ਕੀਦਾ ਪਿਆ ਉਰੇ ਓਏ, ਚੱਕਦੇ ਆ ਜਾਂ ਬਗਾਈਏ ਚੱਕ ਕੇ ਉਰੋਂ। ਉਹ ਸੋ ਸਮਝ ਕੇ ਹੱਥ ਪਾਈ ਓਏ ਮੰਜੇ ਨੂੰ, ਉਹ ਤੇਰੇ ਪਿਓ ਦੀ ਥਾਂ ਨਹੀਂ ਹੈਗੀ ਇਹ। ਚੱਲ ਭਤੀਜ, ਤੇਰੇ ਦੀ ਵੀ ਨਹੀਂ ਹੈਗੀ ਵੀਰੇ, ਹੱਥ ਨਾਲ ਲਾ ਦੀ ਮੰਜੇ ਦੇ ਮੰਨਣ ਨਾਲ, ਜੇ ਜ਼ਿਆਦੇ ਗਰਮੀ ਹੈ ਚਾਚਾ ਕਾਨੂੰ ਇਹਦੇ ਦੇਖ ਹੀ ਲੈਣੇ ਆਗੇ। ਜੇ ਜ਼ਿਆਦੇ ਗਰਮੀ ਹੋਵੇ ਭਤੀਜ ਕਾਨੂੰ ਛੱਡ ਯਾਰ, ਭਤੀਜ ਓਏ ਛੱਡ ਛੱਡ, ਐ ਲੜਦੇ ਨਹੀਂ ਹੁੰਦੇ ਯਾਰ, ਤੂੰ ਛੱਡ ਖੇੜਾ ਕਾਨੂੰ ਚਾਚਾ। ਇਹਨੇ ਕਿਹੜਾ ਬੈਲ ਸਮਝਾ ਲੈ ਬਾਈ ਇਹਨੂੰ, ਉਹਦੇ ਭਤੀਜੇ ਨੂੰ। ਓਏ ਆ ਜਾ ਤੂੰ, ਤੂੰ ਜਾ ਜੱਗਾ ਕੋਈ ਨਾ, ਮੈਂ ਆਪਣੀ ਫੈਨ ਖੈਂਦਾ ਫਿਰਦੇ ਨਾਲ। ਉਹ ਕੋਈ ਨਾ ਜੱਗਿਆ, ਮੈਂ ਆਪਣੀ ਮਾਂ ਦੀ ਥਾਂ ਤੇ ਤੂੰ ਜਾ ਕੋਈ ਨਾ। ਹੋਰ ਮੰਜਾ ਕੀ ਹੈ, ਮੰਜੇ ਹੀ ਆ ਭਤੀਜ, ਤੂੰ ਆ ਜਾ ਕਾਨੂੰ ਪੰਗਾ ਲੈਣਾ, ਸਿੱਧੇ ਮੱਥੇ ਨਹੀਂ ਪੰਗਾ ਲਈਦਾ ਚਾਚਾ। ਊਂ ਹੀ ਜਾਣ ਦਿੱਤਾ ਤੂੰ ਯਾਰ, ਵੀ ਆਪਣੇ ਕੋਲੇ ਹੋਰ ਢੰਗ ਬਥੇਰੇ ਨੇ ਕੋਈ ਨਾ, ਆਪਾਂ ਇਹ ਢੰਗ ਵਰਤਦੇ ਹਾਂ ਵੀ ਨਾ ਸੱਪ ਵੀ ਮਰ ਜੇ, ਸੋਟੀ ਵੀ ਨਾ ਟੁੱਟੇ। ਉਹ ਕਿਵੇਂ ਚਾਚਾ? ਉਹ ਕੋਈ ਨਾ, ਮੈਂ ਤੈਨੂੰ ਘਰੇ ਜਾ ਕੇ ਸਮਝਾਉਣਾ, ਫਿਰ ਆਪਾਂ ਕੱਲ੍ਹ ਨੂੰ ਹੱਲ ਕਰ ਦਿਆਂ। ਐਂ ਗਰਮ ਨਹੀਂ ਹੋਈਦਾ ਹੁੰਦਾ, ਮੈਨੂੰ ਪਤਾ ਤੱਤਾ ਖੂਨਾ ਹਵਾਲੇ ਮਾਰ ਜਾਂਦਾ। ਕੀ ਗੱਲ ਹੋ ਗਈ ਜੀ, ਤੁਸੀਂ ਬੜੇ ਗੁੱਸੇ ਜੇ ਆਈ ਜਾਂਦੇ ਹੋ। ਮੇਰੇ ਸਾਲੇ ਅੱਜ ਫਿਰ ਪੰਗਾ ਲੈਂਦੇ ਤੇ ਮੇਰੇ ਨਾਲ। ਕੀ ਕਹਿੰਦੇ ਨੇ? ਉਹੀ ਮੱਲੋ ਮੱਲੀ ਕਹਿੰਦੇ ਨੇ। ਲੈ ਦੱਸ, ਆ ਮੇਰੀ ਗੱਲ ਸੁਣੋ, ਤੁਸੀਂ ਨਾ ਉਹਨਾਂ ਨਾਲ ਕੋਈ ਪੰਗਾ ਲਿਓ, ਠੀਕ ਆ ਨਾ, ਐਵੇਂ ਕਿਤੇ ਹੋਰ ਕੋਈ ਚਾਹ ਜਾਂਦੀ ਹੋ ਜੇ। ਉਹ ਮੈਂ ਕਾਹਨੂੰ ਪੰਗਾ ਲੈਂਦਾ ਸੀ, ਉਹਦੇ ਭਤੀਜੇ 'ਚ ਜ਼ਿਆਦਾ ਗਰਮੀ ਹੈ। ਉਹ ਚੱਲ ਕੋਈ ਨਹੀਂ, ਤੈਨੂੰ ਪਤਾ ਗਾ ਨਵਾਂ ਖੂਨ ਤੱਤਾ ਹੁੰਦਾ, ਤੂੰ ਕਿਤੇ ਇਹ ਨਾ ਹੋਵੇ ਬਿਨਾਂ ਦੱਸੇ ਉਹਨਾਂ ਦੇ ਕਾਲਰ 'ਚ ਹੱਥ ਪਾ ਲੇ। ਨਹੀਂ ਨਹੀਂ, ਦੁਬਾਰੇ ਸਰਵਿਸ ਭਾਲਦੇ ਨੇ, ਘਾਟ ਹੈ ਉਹਨਾਂ ਨੂੰ। ਬੇ ਮੇਰੀ ਗੱਲ ਸੁਣ, ਜੇ ਸੱਟ ਤੇਰੇ ਵੱਜੀ ਤਾਂ ਵੀ ਪੈਸੇ ਲੱਗਣ ਨੂੰ ਥਾਂ, ਬੇ ਜੇ ਸੱਟ ਉਹਨਾਂ ਦੇ ਲੱਗੀ ਤਾਂ ਵੀ ਪੈਸੇ ਲੱਗਣ ਨੂੰ ਥਾਂ, ਤੂੰ ਐਵੇਂ ਨਾ ਕੋਈ ਨਵਾਂ ਕੰਮ ਕਰ ਲਈ। ਤੂੰ ਮੇਰੀ ਗੱਲ ਸੁਣ, ਫਿਰ ਕਹੇਗਾ ਤੂੰ ਜ਼ਿਆਦਾ ਬੋਲਦੀਆਂ। ਪਿੰਡ ਦੇ ਨਾ ਮੋਦਵਾਰ ਬੰਦੇ ਸੱਦ ਚਾਰ ਪੰਜ, ਅਤੇ ਉਹਨਾਂ ਨੂੰ ਬਿਠਾ, ਉਹਨਾਂ ਨੂੰ ਕਹੇ ਵੀ ਭਾਈ ਮੱਲੋ ਮੱਲੀ ਮੇਰੇ ਗਲ ਪੈਂਦੇ ਨੇ। ਉਹ ਜਿਵੇਂ ਪੰਚਾਇਤਾਂ ਇਕੱਠੀਆਂ ਕਰਦਾ ਫਰੀ ਗਿਆ, ਉਹ ਫਿਰ ਕਹਿੰਦੇ ਡਰਦੇ ਪੰਚਾਇਤ ਇਕੱਠੀ ਕਰਦੇ ਫਿਰਦੇ। ਓਹੋ, ਵੀ ਡਰਨ ਵਾਲੀ ਇਹ 'ਚ ਕਿਹੜੀ ਗੱਲ ਹੈ, ਮੁੜ ਕੇ ਇਹੋ ਜਿਹੇ ਉੱਠ ਕੇ ਕਹਿ ਦਿੰਦੇ ਨੇ ਤੁਸੀਂ ਸਾਨੂੰ ਦੱਸਦੇ ਅਸੀਂ ਨਿਬੇੜਾ ਕਰਾਉਂਦੇ, ਸਾਨੂੰ ਦੱਸਦੇ ਅਸੀਂ ਨਿਬੇੜਾ ਕਰਾਉਂਦੇ। ਓਹ ਕੁੱਤੇ ਦੀ ਭੌਂਸ ਨੇ, ਉਹ ਸਿੱਧੀ ਹੋਣ ਵਾਲੇ ਨਹੀਂ ਹੈਗੇ। ਲੈ ਦੱਸ ਮੇਰੀ ਗੱਲ ਸੁਣ ਲਾ, ਤੂੰ ਨਾ ਫਿਰ ਮੇਰੇ ਤੋਂ ਹੋਰ ਕੁਛ ਬੋਲਿਆ ਜਾਊਗਾ, ਦੇਖ ਇੱਧਰ ਮੇਰੇ ਵੱਲ ਚਾਹੇ ਨਾ ਦੇਖ, ਜਵਾਕ ਵੱਲ ਤਾਂ ਦੇਖ ਲਾ। ਹੈਂ ਓਏ, ਮੈਂ ਚੁੱਪੇ ਤੇਰੇ ਯਾਰ ਤੇਰੇ ਜਵਾਬ ਕਰਕੇ ਹਾਂ, ਹੁਣ ਤਾਂ ਮੇਰੇ ਸਾਲੇ ਨੂੰ ਸਿੱਧਾ ਕਰਦਾ ਨਾ ਮੈਂ। ਇਕੱਲੇ ਮੇਰੇ ਕਰਕੇ ਨਹੀਂ ਜੀ, ਤੁਸੀਂ ਆਪਦੇ ਲਈ ਵੀ ਹੋ, ਪਰਿਵਾਰ ਜੇ ਕਹਿੰਦੇ ਇੱਕ ਬੰਦਾ ਵੀ ਘਰੋਂ ਵਗ ਜੇ ਨਾ ਤਾਂ ਤੈਨੂੰ ਪਤਾ ਸਾਰਾ ਕੁਛ ਖੇਡ ਜਾਂਦਾ ਗਾ। ਉਹ ਤਾਂ ਠੀਕ ਹੈ ਤੇਰੀ ਗੱਲ, ਪਰ ਸਾਲੇ ਕੁੱਤੇ ਦੀ ਪੂਛ ਨੇ ਸਿੱਧੇ ਤਾਂ ਕਰਨੇ ਪੈਣਗੇ ਫਿਰ। ਓਹੋ, ਨਾ ਗਰਮ ਹੋਵੋ ਨਾ ਗਰਮ ਹੋਵੋ, ਕੋਈ ਗੱਲ ਨਹੀਂ, ਮੈਂ ਤਾਂ ਭਾਈ ਇੱਕ ਗੱਲ ਹੋਰ ਕਹਿੰਦੀ ਹਾਂ, ਚੁੱਪ ਕਰਕੇ ਨਾ ਜੈਨੂੰ ਖਾਵੇ ਪੈਸੇ, ਚਾਹ ਠੇਕੇ ਤੇ ਦੇ ਦੇ ਸਾਰੀ। ਆਹੋ ਠੇਕੇ ਦੇ ਦੇ ਦੇ, ਫਿਰ ਕਹਿ ਦੇਣਗੇ ਡਰਦੇ ਨੇ ਠੇਕੇ ਦੇ ਦੇ। ਅੱਡੇ 'ਚ ਡਰਨ ਵਾਲੀ ਕਿਹੜੀ ਗੱਲ ਆ, ਦੱਸ ਹੱਦ ਹੋਈ ਪਈ ਆ, ਵੀ ਇੱਕ ਚੁੱਪ ਸੌ ਸੁੱਖ, ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਹਟੀ ਹਾਂ, ਇਹੋ ਜਿਹੇ ਬਦਮਾਸ਼ਾਂ ਨਾਲ ਉਹਦਾ ਪਾਸਾ ਚੰਗਾ।
ਆ ਬਦਮਾਸ਼ ਨੇ ਉਹ ਪਹਿਲਾਂ ਛਿੱਤਰ ਪਰੇਟ ਕਰੀ ਨਹੀਂ ਮੈਂ ਸਿੱਧੇ ਤੁਰਦੇ ਦੇ ਉਦੋਂ ਦੇ ਹੁਣ ਦੁਬਾਰੇ ਸਰਵਿਸ ਭਾਲਦੇ ਨੇ ਮੇਰੀ ਗੱਲ ਸੁਣ ਲਾ ਘੱਟ ਮੈਂ ਵੀ ਨਹੀਂ ਹੈਗੀ ਤੇਰੇ ਨਾਲੋਂ ਮੈਂ ਨਾ ਜਵਾਬ ਕਰਕੇ ਚੁੱਪ ਕਰ ਜਾਂਦੀ ਹਾਂ ਨਹੀਂ ਤੇਰੇ ਨਾਲ ਲੱਗ ਕੇ ਹੁਣ ਉਹਨਾਂ ਦੀ ਪੱਧਰੀ ਬਣਾਉਂਦੀ ਦੁੱਗਣੀ ਉਹੀ ਗੱਲਾਂ ਬਸ ਤੇਰੀਆਂ ਸਰਵਿਸ ਕਰਦਾ ਸਰਵਿਸ ਕਰਦਾ ਐਵੇਂ ਚਾਰ ਬੰਦੇ ਲੈ ਕੇ ਅਗਲੇ ਡਾਂਗਾ ਲੈ ਕੇ ਘਰੇ ਆ ਗਏ ਤੂੰ ਨਾ ਹੋਵੇਂ ਸਾਡੇ ਮਾਂ ਪੁੱਤਾਂ ਦੇ ਸੱਟਾਂ ਮਾਰ ਜਾਣ ਫੇਰ ਕੌਣ ਬਾਜੀ ਵਰਦਾ ਇੰਨੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਚ ਐਡੇ ਪੈਰ ਨਹੀਂ ਹੈਗੇ ਉਹਨਾਂ ਦੇ ਵੀ ਸੱਟ ਫਾਈਟ ਮਾਰ ਜਾਣਗੇ ਨਾ ਉਹ ਤਾਂ ਉਹੀ ਬੁੜਕੀ ਜਾਂਦੇ ਨੇ ਉੱਥੇ ਖੇਤ ਵੱਟਤੀ ਖੜੇ ਫਿਰ ਆਏ ਕਰ ਚਾ ਭਗ ਜਾ ਹੁਣੀ ਮਾਰ ਕੇ ਆ ਉਹਨਾਂ ਦੇ ਉਹ ਫਿਰ ਉਹ ਕੀ ਕਰਾਂ ਫਿਰ ਆਪਦੀ ਜ਼ਮੀਨ ਛੱਡਦਾ ਮੈਂ ਛੱਡਦਾ ਨਾਲੇ ਕੁਝ ਹੋਰ ਮਾੜਾ ਜਿਹਾ ਠੰਡਾ ਰਹੇ ਐ ਥੋੜੀ ਹੁੰਦਾਗਾ ਹੁਣ ਚਾਰ ਬੰਦੇ ਇਕੱਠੇ ਕਰ ਲਾ ਉਹਨਾਂ ਨਾਲ ਗੱਲ ਕਰ ਲਾ ਐਵੇਂ ਨਾ ਕੋਈ ਪੰਗਾ ਲੈ ਲਈ ਚੱਲ ਚੰਗਾ ਦੇਖਦੇ ਆ ਫਿਰ ਅੱਜ ਬਾਰੀ ਦੀ ਲਾਈਟ ਦੀ ਅੱਜ ਚਲਾਉਣੀ ਦੀ ਅੱਜੇ ਆਈ ਨਹੀਂ ਹੈਗੀ ਅੱਜੇ ਬਾਰੀ ਬਦਲ ਕੇ ਬੈਠ ਗਈ ਉਹ ਆਇਆ ਜੱਸਿਆ ਬੈਠਾ ਤੇਰਾ ਚਾਚਾ ਹੋਰ ਕਿਵੇਂ ਆ ਉਹ ਠੀਕ ਹੈ ਅੱਜ ਨਹੀਂ ਆਉਂਦੀ ਲਾਈਟ ਕਿਉਂ ਅੱਜ ਤਾਂ ਰਾਤ ਨੂੰ 11 ਵਜੇ ਉਹ ਬਾਰੀਆਂ ਬਦਲ ਗਈਆਂ ਚਾਰ ਬਾਰੀਆਂ ਪੂਰੀਆਂ ਹੋ ਗਈਆਂ ਉਹ ਕੋਈ ਨਾ ਚਾਚੇ ਕੱਲ ਨੂੰ ਸਾਡੇ ਲਈ ਲਾ ਲਈ ਹਾਂ ਸਾਡੇ ਲਈ ਬਣਨੀ ਉਹ ਨਾ ਨਾ ਮੈਨੂੰ ਹੀ ਲੋੜ ਹੈਗੀ ਤੁਹਾਡੀ ਮੋਟਰ ਦੀ ਜੇ ਮੈਨੂੰ ਲੋੜ ਹੋਈ ਮੈਂ ਉਹਦਾ ਜਨਰੇਟਰ ਲਾ ਲੂੰਗਾ ਨਾਲੇ ਓ ਚਾਚਾ ਯਾਰ ਤੂੰ ਤਾਂ ਕੱਲ ਵਾਲੀ ਗੱਲ ਦਾ ਗੁੱਸਾ ਮੰਨੀ ਜਾਂਦਾ ਨਾਲੇ ਮੈਂ ਤੇ ਤੂੰ ਮਾਫੀ ਮੰਗਣਾ ਹੈਗਾ ਹੁਣ ਉਹ ਮੈਨੂੰ ਤਾਂ ਗੁੱਸਾ ਕੱਲ ਕਿਸੇ ਹੋਰ ਦੇ ਦੀ ਉਹੀ ਮੈਂ ਤੇਰੇ ਨਾਲ ਜਾਂਦਾ ਜਾਂਦਾ ਖੈਂਬੜ ਬੈਠਾ ਉਹ ਨਾ ਜੱਗਿਆ ਹੀ ਕੋਈ ਗੱਲ ਨਹੀਂ ਹੁੰਦੀ ਤਾਂ ਜਵਾਕ ਹੈਗਾਗਾ ਇਹ ਤੋਂ ਗਲਤੀ ਹੋ ਗਈ ਮਾਫ ਕਰ ਇਹਨੂੰ ਪਰੇ ਉਹ ਗਲਤੀਆਂ ਦਾ ਫਿਰ ਬੜੇ ਬੜੇ ਕਰ ਲੈਂਦੇ ਨੇ ਫਿਰ ਗਲਤੀ ਦਬਾਉਣ ਵਾਲਾ ਬੰਦਾ ਵੀ ਪੈਦਾ ਹੋ ਜਾਂਦਾ ਉਹ ਮੈਂ ਤੈਨੂੰ ਬਥੇਰਾ ਸਮਝਾਇਆ ਵੀ ਮਾਫੀ ਮੰਗ ਕੇ ਆਪਦੇ ਚਾਚੇ ਤੋਂ ਤਾਂ ਹੀ ਤਾਂ ਹੁਣ ਮਾਫੀ ਮੰਗਣ ਆਇਆ ਤੇਰੇ ਤੋਂ ਚਲੋ ਤਾਂ ਠੀਕ ਹੈ ਬਾਕੀ ਹੋਰ ਜੀਰੀ ਵਧੀਆ ਤਕੜੀ ਹੈ ਤੇਰੇ ਹਨਾ ਜੀਰੀ ਤਾਂ ਤਕੜੀ ਹੈ ਜੀਰੀ ਦਾ ਫਿਰ ਵਿੱਚ ਰਹਿਣਾ ਪੈਂਦਾ ਇਹ ਵੀ ਤੈਨੂੰ ਪਤਾ ਫਸਲ ਪੁੱਤਾਂ ਵਾਂਗੂ ਪਾਲਣੀ ਪੈਂਦੀ ਇਦੋਂ ਪਹਿਲਾਂ ਮੈਂ ਤਿੰਨ ਸਪਰੇਆਂ ਕਰਤੀਆਂ ਤੁਸੀਂ ਯਾਰ ਸਰਦਾਰ ਬੰਦੇ ਤੁਸੀਂ ਮਾਰਦੇ ਸ਼ੌਂਕੀ ਹੈ ਕਿਹੜਾ ਉਹ ਫਿਰ ਸੀਰੀ ਪਾਲੀ ਤੈਨੂੰ ਪਤਾ ਤਾਂ ਹੈਗਾ ਕੀ ਕਰਦੇ ਨੇ ਪਾਉਣਾ ਕੀ ਹੈ ਜਦੂ ਜੀਰੀ 'ਚ ਉਹ ਪਾਉਣਾ ਦਾ ਕੀ ਹੁੰਦਾ ਵਿੱਚ ਰਹਿਣਾ ਪੈਂਦਾ ਜੀਰੀ ਦੇ ਹੋਰ ਕੀ ਪਾਉਣਾ ਮੈਂ ਵਿੱਚ ਯਾਰ ਜੱਗੇ ਤੂੰ ਵੀ ਆ ਦਿਨ ਰਾਤ ਮਰਨਾ ਪੈਂਦਾ ਜੀਰੀ 'ਚ ਜੱਗੇ ਮੇਰੀ ਗੱਲ ਸੁਣੋ ਸਾਡੇ ਵਾਲੀ ਵੀ ਯਾਰ ਤੂੰ ਹੀ ਠੇਕੇ ਤੇ ਲੈ ਲਿਆ ਕਰ ਅੱਗੇ ਤੋਂ ਤਾਂ ਵਧੀਆ ਫਸਲ ਕਰ ਸਭ ਤੋਂ ਹੁੰਦੀ ਨਹੀਂ ਕਰਦੀ ਨੀ ਉਹ ਨਾ ਨਾ ਯਾਰ 50 ਮਣ ਤੇ ਰਹਿ ਜਾਂਦੀ ਹੈ 50 60 ਦੀ ਹੋਰ ਨਾ ਨਾ ਮੈਂ ਤਾਂ ਆਪਦੀ ਕਰ ਲੈਣੀ ਬਹੁਤ ਆ ਯਾਰ ਮੈਂ ਕੀ ਕਰਨਾ ਹੈ ਬੜੀ ਜ਼ਮੀਨ ਦਾ ਉਹ ਨਾ ਨਾ ਜ਼ਮੀਨ ਤਾਂ ਜਿੰਨੀ ਕਰ ਉਨੀ ਥੋੜੀ ਆ ਗਈ ਤੂੰ ਠੇਕੇ ਤੇ ਲੈ ਲਾ ਸਾਡੇ 10 ਕਿੱਲੇ ਇੰਨੇ ਨਾ ਕਿੰਨੀ ਕੋਈ ਬਾਹਰ ਇੱਕ ਬੰਦਾ ਰੱਖ ਲਈ ਫਸਲ ਤਾਂ ਤੂੰ ਆਪ ਹੀ ਕਰ ਲੈ ਕੰਮ ਵਾਲਾ ਬੰਦਾ ਗਾ ਉਹ ਤਾਂ ਮੈਂ ਕਰ ਲੂੰਗਾ ਚੱਲ ਦੇਖਾਂਗੇ ਫਿਰ ਅਗਲੇ ਸਾਲ ਹਾਂ ਹਾਂ ਕਰ ਲਈ ਮੈਂ ਆਪਦੀ ਕਰਨਾ ਤੁਹਾਡੇ ਵਾਲੀ ਬਾਹਰ ਨੂੰ ਹੋਰ ਕੀ ਹੈ ਹੋਰ ਚੱਲ ਅਸੀਂ ਕਿਸੇ ਨੂੰ ਹੋਰ ਹਾਂ ਨਹੀਂ ਕਰਦੇ ਤੇਰੇ ਵੱਲੋਂ ਗੱਲ ਪੱਕੀ ਆ ਫਿਰ ਉਹ ਗੱਲ ਤਾਂ ਠੀਕ ਹੈ ਗੱਲ ਕਰ ਮੈਂ ਘਰੇ ਜਾ ਕੇ ਸਲਾਹ ਕਰੂੰਗਾ ਵੀ ਅੱਗੇ ਠੇਕੇ ਤੇ ਲੈਣੀ ਹੈ ਜਾਂ ਨਾ ਲੈਣੀ ਹੈ ਤੇਰੀ ਭਰਜਾਈ ਨਾਲ ਉਹ ਲੈ ਭਰਜਾਈ ਤੋਂ ਕੀ ਗੱਲ ਕਰ ਤੂੰ ਕਿਹੜਾ ਕੋਈ ਮਾੜਾ ਕੰਮ ਕਰਨ ਲੱਗਿਆ ਹੈ ਚਾਚੀ ਕਿਹੜਾ ਚਾਚਾ ਤੇਰੇ ਤੋਂ ਬਾਹਰ ਹੋਊਗੀ ਉਹ ਬਾਹਰ ਤਾਂ ਨਹੀਂ ਹੈਗੀ ਫੇਰ ਵੀ ਸਲਾਹ ਲੈਣ ਦਾ ਹੱਕ ਹੈ ਮੈਂ ਤੁਹਾਨੂੰ ਸਲਾਹ ਤਾਂ ਉਹ ਚ ਲਈਦੀ ਹੁੰਦੀ ਹੈ ਜਿਹੜਾ ਕੋਈ ਘੱਟ ਵਾਲਾ ਕੰਮ ਹੋਵੇ ਇਹ ਤਾਂ ਜ਼ਮੀਨ ਠੇਕੇ ਤੇ ਲੈਣ ਤੋਂ ਕੰਮ ਵਧਾ ਰਿਹਾ ਉਹ ਤਾਂ ਸੁਗਾ ਦੇ ਕਹੂ ਲੈ ਲਾ ਉਹਨੇ ਕੀ ਕਹਿਣਾ ਨਾਲੇ ਮੋਟਰ ਵਧੀਆ ਚਾਚਾ ਵਿੱਚ ਲੱਗੀ ਹੋਈ ਹੈ ਉਹ ਤਾਂ ਚੱਲ ਕੋਈ ਨਹੀਂ ਫੇਰ ਵੀ ਤੁਹਾਨੂੰ ਮੈਂ ਦੱਸੂਗਾ ਮੈਂ ਸਲਾਹ ਕਰਕੇ ਮੈਂ ਤੁਹਾਨੂੰ ਉਹੀ ਕਹਿਦਾ ਮੈਂ ਬਾ ਲੂੰਗਾ ਅੱਛਾ ਚੱਲ ਕੋਈ ਨਾ ਇਹੀ ਤਾਂ ਕਿਹੜੀ ਗੱਲ ਆ ਹਾਂ ਚੱਲ ਚੰਗਾ ਫਿਰ ਅੱਛਾ ਦੱਸ ਦੀ ਕੋਈ ਨਾ ਦੱਸ ਦੂੰਗਾ ਮੈਂ ਠੀਕ ਹੈ ਹੋਰ ਅਸੀਂ ਤਾਂ ਤੈਨੂੰ ਹੀ ਜ਼ਮੀਨ ਦੇ ਕੇ ਰਾਜੀ ਆ ਆਏ ਹੋਰ ਬੰਦਾ ਬੜੂਆ ਖੇਤ ਚ ਉਹਦਾ ਕੀ ਫਾਇਦਾ ਲਗਾਨੇ ਦਾ ਆ ਗਏ ਤੁਸੀਂ ਆ ਗਏ ਉਹ ਬੱਬੂ ਅੱਜ ਤਾਂ ਸੂਰਜ ਪੱਛਮ ਵੱਲੋਂ ਚੜ ਗਿਆ ਕਿਉਂ ਕੀ ਹੋ ਗਿਆ ਉਹ ਅੱਜ ਤਾਂ ਮਤਲਬ ਖੇਤ ਸੁੱਕੀ ਆਇਆ ਸੀ ਆਹੋ ਅੱਜ ਫਿਰ ਮੋਦੀ ਲੜਾਈ ਲੈਣ ਆਏ ਹੋਣਗੇ ਖਾਦੀ ਪੀਤੀ ਹੋਣੀ ਆ ਤੈਨੂੰ ਹੀ ਕੁੱਟਣ ਆਏ ਹੋਣਗੇ ਉਹ ਮੇਰੀ ਪੂਰੀ ਗੱਲ ਤਾਂ ਸੁਣ ਲਿਆ ਕਰ ਪਹਿਲੀ ਲੱਗ ਜਾਣੀ ਆ ਬੋਲਣ ਉਹਦਾ ਆਪਦੀ ਜ਼ਮੀਨ ਠੇਕੇ ਤੇ ਦੇਣ ਵਾਸਤੇ ਆਏ ਤੇ ਉਹ ਰਹਿਣ ਦੇ ਆ ਹੱਥ ਬਣਾ ਲਾ ਮੇਰੇ ਤੋਂ ਵੇ ਮੇਰੀ ਗੱਲ ਸੁਣ ਉਹ ਜਿੰਨੇ ਭੋਲੇ ਦਿਖਦੇ ਆ ਉਹਨੇ ਹੈ ਨਹੀਂ ਗਏ ਕਿਧਰੇ ਨਹੀਂ ਉਹਨਾਂ ਨੇ ਜ਼ਮੀਨ ਜਮੂਨ ਦੇਣੀ ਕਿਤੇ ਆਪਦੀ ਵੀ ਨਾ ਗਵਾਲੀ ਉਹ ਨਾ ਨਾ ਇਹਦੇ ਵਿੱਚ ਭੋਲਿਆਂ ਦੀ ਕੀ ਗੱਲ ਹੈ ਉਹਦਾ ਜ਼ਮੀਨ ਨੂੰ ਇਹ ਕਹਿੰਦੇ ਤੇ ਇਕੱਲੇ ਹੋਰ ਕੀ ਉਹਨਾਂ ਨੇ ਹੋਰ ਕੋਈ ਗੱਲ ਨਹੀਂ ਕਰੀ ਉਹਨਾਂ ਨੇ ਮੇਰੇ ਨਾਲ ਤੂੰ ਰਹਿਣ ਦੇ ਪਹਿਲਾਂ ਬਥੇਰਾ ਗੰਜਰਖਾਨਾ ਹੋ ਗਿਆ ਜਿਹੜਾ ਹੁਣ ਹੋਰ ਕਰਵਾਏਗਾ ਠੀਕ ਆ ਨਾ ਲੋੜ ਨਹੀਂ ਹੈਗੀ ਉਹ ਚੱਲ ਜੇ ਤੈਨੂੰ ਨਹੀਂ ਵਧੀਆ ਲੱਗਦਾ ਤਾਂ ਮੈਂ ਜਵਾਬ ਦੇ ਦੂੰਗਾ ਹੋਰ ਕੀ ਹੈ ਆਹੋ ਬੇਗਦਰ ਮੇਰਾ ਤਾਂ ਭਾਈ ਕਹਿਣਾ ਫਰਜ਼ ਹੈ ਅੱਜ ਕੱਲ੍ਹ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਨੇ ਦਿਖਾਉਣ ਵਾਲੇ ਹੋਰ ਹੁੰਦੇ ਨੇ ਕਿਤੇ ਐਂ ਨਾ ਹੋਵੇ ਤੇਰੇ ਕੋਲ ਬੈਠ ਕੇ ਤੇ ਤੇਰੇ ਹੀ ਗਾਟੇ 'ਤੇ ਲਾ ਜਾਣ ਬਾਕੀ ਤੇਰੀ ਮਰਜ਼ੀ ਉਹ ਨਾ ਉਹਦੇ ਤਾਂ ਗੱਲਾਂ ਵੀ ਸਿਆਣੀਆਂ ਕਰਦੇ ਤੇ ਹੁਣ ਤਾਂ ਐਂ ਲੱਗਿਆ ਵੀ ਜਿਵੇਂ ਦੁਨੀਆਦਾਰੀ ਦਾ ਪਤਾ ਲੱਗ ਗਿਆ ਵੇ ਉਹਨਾਂ ਨੂੰ ਉਹ ਬਸ ਕਰ ਜਿਨ੍ਹਾਂ ਨੂੰ ਇੱਥੇ ਹੁਣ ਤੱਕ ਸਿਆਣਪਣੀ ਆਈ ਨਾ ਅੱਗੇ ਵੀ ਨਹੀਂ ਆਉਣੀ ਹੈਗੀ ਉਹ ਨਾ ਉਹ ਤਾਂ ਐਂ ਲੱਗਦੇ ਤੇ ਵੀ ਸਭ ਕੁਝ ਜਾਣਦੇ ਹੁਣ ਤਾਂ ਉਹ ਤਾਂ ਕਹਿੰਦੇ ਵੀ ਜੇ ਕਿਸੇ ਲਵੇ ਬੈਠ ਕੇ ਖਾਵਾਂਗੇ ਤਾਂ ਕੋਈ ਲਵੇ ਲਾਊਗਾ
ਨਾਲੇ ਕਹਿੰਦੇ ਉਰੇ ਕਿਹੜਾ ਕੁਛ ਲੈ ਕੇ ਜਾਣਾ ਹੈ, ਇਹ ਤਾਂ ਵਧੀਆ ਗੱਲਾਂ ਸਿਆਣੀਆਂ ਗੱਲਾਂ ਲੱਗ ਗਏ ਕਰਨ ਹੁਣ ਤਾਂ। ਮੇਰਾ ਤਾਂ ਦੇਖ ਕਹਿਣਾ ਫਰਜ਼ ਆ, ਅੱਗੇ ਤੂੰ ਜਾਣੇ ਉਹ ਜਾਣਣ, ਫਿਰ ਕਹੇਗਾ ਵੀ ਮੈਂ ਤੈਨੂੰ ਮਨਾ ਕੀਤਾ। ਚੱਲ ਦੇਖ ਲਾਂਗੇ ਫਿਰ ਇੱਥੇ ਇੱਕ ਸਾਲ। ਚੱਲ ਮਰਜ਼ੀ ਆ ਤੇਰੀ। ਨਾ ਕੀ ਖਾਈ ਜਾਂਦੇ ਹੋ ਹੈਂ? ਆ ਮੇਰੀ ਗੱਲ ਸੁਣੋ, ਆ ਜਿੱਦੇ ਦੀ ਤੁਸੀਂ ਉਹਨਾਂ ਦੀ ਜ਼ਮੀਨ ਜੀ ਲਈ ਹੈ ਨਾ, ਤਾਂ ਮਾੜਾ ਮੋਟਾ ਕੰਮ ਕਰਦੇ ਕਰਦੇ ਹੁਣ ਤਾਂ ਤੁਸੀਂ ਜਮੀ ਵਿਗੜ ਗਏ। ਉਹ ਕੁਛ ਨਹੀਂ ਖਾਇਆ ਕਮਲੀ, ਇਹ ਤਾਂ ਦਵਾਈ ਹੈ। ਮੈਂ ਸਾਰਾ ਜਾਣਦੀ ਹਾਂ, ਮੈਂ ਕੋਈ ਨਿਆਣੀ ਹਾਂ। ਉਹ ਤੈਨੂੰ ਪਤਾ ਨਹੀਂ ਹੈਗਾ, ਇਹਦੇ ਨਾਲ ਤਾਂ ਤੂੰ ਖਾ ਕੇ ਬੰਦਾ ਦੁੱਗਣਾ ਕੰਮ ਕਰਦਾ। ਫਿਰ ਐਂ ਕਰੋ, ਫਿਰ ਐਂ ਕਰੋ, ਸਰਕਾਰਾਂ ਨੂੰ ਕਹਿ ਕੇ ਬੀਜ ਲਓ, ਛੱਡ ਦਿਓ ਦੂਜੀਆਂ ਫਸਲਾਂ। ਲੋਕ ਤਾਂ ਬਥੇਰਾ ਕਹਿੰਦੇ ਨੇ ਵੀ ਸਰਕਾਰਾਂ ਬਚਾਉਣਾ, ਬੀਜਣ ਵੀ ਦੇਣਾ। ਮੇਰੀ ਗੱਲ ਸੁਣ ਲਾ ਬੰਦੇ ਆਗੂਕ, ਠੀਕ ਆ ਨਾ, ਛੱਡ ਦੇ ਉਹਨਾਂ ਦੀ ਜ਼ਮੀਨ ਦਾ ਖੜਾ ਅਤੇ ਆਪਦੀ ਵੀ ਚੱਕ ਕੇ ਦੇ ਠੇਕੇ 'ਤੇ, ਫਿਰ ਜਿੰਨਾ ਮਰਜ਼ੀ ਨਸ਼ਾ ਕਰੀ, ਮੈਂ ਨਹੀਂ ਤੈਨੂੰ ਕਹਿੰਦੀ। ਜਦੋਂ ਤੂੰ ਮੰਨਣ ਤਾਂ ਹੈ ਨਹੀਂ ਸਾਡੀ। ਉਹ ਨਸ਼ਾ ਕਿਹੜਾ, ਮੈਂ ਪੱਲੋ ਖਾਂਦਾ, ਉਹ ਤਾਂ ਉਹ ਖਵਾਉਂਦੇ ਨੇ ਮੈਨੂੰ, ਉਹਨਾਂ ਦੇ ਮੋਟੀ ਖਾਂਦੇ ਨੇ, ਉਹ ਮੈਂ ਖਾ ਲਾਣਾ ਵਿੱਚੋਂ। ਦੇਖ ਲਾ, ਉਹ ਤੈਨੂੰ ਐਂ ਤਾਂ ਨਹੀਂ ਕਹਿੰਦੇ ਹੈਗੇ ਵੀ ਭਾਈ ਤੂੰ ਕੰਮ ਕਾਰ ਕਰਿਆ ਕਰ ਹੈਂ, ਉੱਤੋਂ ਤੈਨੂੰ ਆਹ ਨਸ਼ੇ 'ਤੇ ਲਾਉਂਦੇ ਆ, ਆਪਦੇ ਦਿਮਾਗ ਤੋਂ ਕੰਮ ਲੈ ਮਾੜਾ ਮੋਟਾ, ਆਪਦੇ ਦਿਮਾਗ ਤੋਂ ਮੇਰਾ ਪੂਰਾ ਉਹਨਾਂ ਦੇ ਨਾ ਮਗਰ ਲੱਗਿਆ ਕਰ। ਉਹ ਮਗਰ ਲੱਗਣ ਨੂੰ ਕਿਹੜਾ, ਮੈਂ ਉਹਨਾਂ ਮੈਨੂੰ ਧੱਕੇ ਨਾਲ ਖਵਾਉਂਦੇ ਨੇ ਉਹ। ਨਹੀਂ ਮੈਂ ਮੰਗ ਕੇ ਖਾਣਾ। ਮੈਂ ਮੰਨਦੀ ਹਾਂ ਵੀ ਤੂੰ ਮੰਗ ਕੇ ਖਾਣਾ, ਫਿਰ ਇੰਨਾ ਮਹਿੰਗਾ ਨਸ਼ਾ ਤੈਨੂੰ ਕਿਤੇ ਉਹ ਫ੍ਰੀ 'ਚ ਦੇ ਜਾਂਦੇ ਨੇ ਹੈਂ? ਊਂ ਤਾਂ ਤੈਨੂੰ ਉਹ ਚੂਡੀ ਨਹੀਂ ਦਿੰਦੇ ਕਾਸੇ ਦੀ। ਉਹ ਕੋਈ ਨਹੀਂ, ਹੁਣ ਮੇਰੇ ਨਾਲ ਸਿੱਧੇ ਨੇ ਉਹਦਾ ਪਹਿਲਾਂ ਮੈਂ ਹੀ ਰੱਖਦਾ ਸੀ ਉਹਨਾਂ ਨਾਲ ਖਾਰ, ਉਹ ਤਾਂ ਮੇਰੇ ਨਾਲ ਖਾਰ ਰੱਖਦੇ ਤੇ ਹੁਣ ਮੇਰੇ ਨਾਲ ਸਿੱਧੇ ਨੇ, ਉਹ ਮੇਰੇ ਨਾਲ ਪਿਆਰ ਕਰਦੇ ਨੇ, ਤਾਂ ਕਰਕੇ ਮੈਨੂੰ ਨਸ਼ਾ ਖਵਾ ਦਿੰਦੇ ਨੇ ਉਹ। ਮੈਂ ਜਾਣਦੀ ਹਾਂ ਸਾਰਾ ਜਿਹੜਾ ਪਿਆਰ ਕਰਦੇ ਨੇ ਨਾ, ਮੈਂ ਜਾਣਦੀ ਹਾਂ ਸਾਰਾ। ਆਹ ਜ਼ਮੀਨ ਤਾਂ ਤੈਨੂੰ ਉਹਨਾਂ ਨੇ ਦੇਤੀ, ਪਰ ਤੈਨੂੰ ਨਸ਼ੇ 'ਤੇ ਵੀ ਲਾਤਾ, ਹੜ ਰੱਬ ਦਾ ਵਾਸਤਾ, ਛੱਡ ਦੇ ਇਹਦਾ ਖਹਿੜਾ ਜਾਂ ਸਾਨੂੰ ਘਰੋਂ ਕੱਢ ਦੇ ਬਾਹਰ। ਉਹ ਯਾਰ ਤੂੰ ਤਾਂ ਉਈ ਕਾਮਲੀਆਂ ਮਾਰੀ ਜਾਂਦੀ ਆ, ਘਰੋਂ ਕੱਢਣ ਵਾਲੀ ਕੀ ਗੱਲ ਇਹ, ਦੱਸ ਮੈਂ ਪੱਲੋ ਖਾਣਾ। ਫਿਰ ਐਂ ਕਰਿਆ ਕਰ, ਉਹਨਾਂ ਦੇ ਪੱਲੇ ਪੂਰਾ ਮੈਨੂੰ ਵੀ ਲਿਆ ਦਿਆ ਕਰ, ਮੇਰੇ ਕਿਹੜਾ ਲੱਗਦੀ ਨਹੀਂ। ਤੂੰ ਤਾਂ ਉਈ ਬਕਵਾਸ ਕਰੀ ਜਾਂਦੀ ਹੈ, ਕਰੀ ਜਾ ਕੰਮ ਕਰ ਲੈ ਉਹਦਾ ਭਾਜਾ। ਮੇਰੇ ਵਿੱਚ ਤਾਂ ਆਪੇ ਹੀ ਕਹਿ ਦਿਆ ਕਰ, ਕੰਮ ਕਰ ਲੈ ਨਾਲੇ ਕੁਛ ਹੋਰ ਕਰ ਲਾ, ਆਪ ਤੂੰ ਉਹ ਕਰਿਆ ਕਰ ਮਾਣ ਆਈ ਆ ਨਾ। ਮੇਰੀ ਗੱਲ ਸੁਣ, ਉਹ ਸਮਾਂ ਭੁੱਲ ਗਿਆ, ਭੁੱਲ ਗਿਆ ਉਹ ਸਮਾਂ ਜਦੋਂ ਰਾਹ ਖੜੇ ਦੋ ਵਾਰੀ ਗਲ 'ਚ ਹੱਥ ਪਾਉਣੇ ਇੱਕ ਦੂਜੇ ਦੇ। ਓਏ ਉਹ ਫਿਰ ਉਦੋਂ ਮੈਂ ਰੱਖਦਾ ਸੀ ਉਹਨਾਂ ਨਾਲ ਖਾਰ, ਤਾਂ ਪਾਉਂਦੇ ਦੇ ਹੱਥ ਮੈਨੂੰ। ਵੇ ਖਾਰ ਉਹ ਅੱਜ ਵੀ ਰੱਖਦੇ ਨੇ ਦਿਲ 'ਚ, ਇਹ ਤੈਨੂੰ ਹੀ ਨਹੀਂ ਪਤਾ ਲੱਗਦਾ। ਤੁਹਾਨੂੰ ਨੂੰ ਪਤਾ ਲੱਗ ਗਿਆ ਵੀ ਲਾ ਕੇ ਖਾਵਾਂਗੇ ਤਾਂ ਕੋਈ ਚੰਗਾ ਕਹਿ ਦੂਗਾ। ਆਹੋ ਵੇ ਚਾਲ ਆ ਉਹਨਾਂ ਦੀ ਚਾਲ, ਹਜੇ ਵੀ ਦੇਖ ਲਾ ਫਿਰ ਮੁੜ ਕੇ ਵੇਲੇ ਨੂੰ ਪਛਤਾਏਗਾ। ਕੋਈ ਚਾਲ ਨਹੀਂ ਹੈਗੀ ਉਹਨਾਂ ਦੀ, ਬਕਵਾਸ ਨਾ ਕਰ ਤੂੰ। ਚੱਲ ਮੈਨੂੰ ਕੀ ਆ, ਧੱਕੇ ਖਾ, ਹੋਰ ਲਿਆ, ਹੋਰ ਖਾ ਉਹਨਾਂ ਤੋਂ ਲਿਆ ਕੇ, ਜਾਂ ਕੰਮ ਕਰ ਲੈ ਚੰਗਾ ਭੱਜ ਆਪਦਾ। ਕਰ ਲਾ ਕੰਮ ਨਾਲੇ ਕੁਛ ਹੋਰ ਕੀ ਜਾਂਦੀ ਆ ਕੁੱਤਿਆਂ ਜਾਂ। ਉਹ ਲੈ ਜਾ ਭਤੀਜ, ਜੱਗੇ ਦੀਆਂ ਸੁਣੇ ਕਿਵੇਂ, ਉਹ ਕਿਵੇਂ ਜੱਗਿਆ, ਥੱਕਿਆ ਆ ਪਿਆ? ਉਹ ਕੁਛ ਨਹੀਂ ਬਸ। ਕਿਵੇਂ ਚਾਚਾ? ਉਹ ਠੀਕ ਹੈ। ਕਿਵੇਂ ਨਸ਼ੇ ਦੀ ਤੋੜ ਜੀ ਲੱਗੀ ਪਈ ਆ, ਮੁੱਕ ਗਿਆ ਸਮਾਨ? ਨਾ ਨਾ ਸੁੱਕੀ, ਉਹ ਤ੍ਰਿਪਰ ਜਿਹਾ ਹੀ ਕਲੇਸ਼ ਜਿਹਾ ਕਰੀ ਜਾਂਦੀ ਹੈ ਯਾਰ, ਕਰੇ ਵੀ ਤੂੰ ਨਸ਼ੇ ਲੱਗ ਗਿਆ ਕਰਨ। ਉਹ ਚਾਚਾ ਊਂ ਹੀ ਨਹੀਂ ਡਰਿਆ ਕਰਦੇ ਜਨਾਨੀਆਂ ਤੋਂ, ਤੂੰ ਤਾਂ ਬਾਹਲਾ ਚੇਫ ਮੰਨਦਾ। ਉਹ ਡਰਨ ਵਾਲੀ ਗੱਲ ਨਹੀਂ ਹੈਗੀ, ਉਹ ਵੀ ਸੱਚੀ ਹੈ ਵੀ ਤੂੰ ਗੱਲਾਂ ਤਾਂ ਕਦੇ ਖਾਂਦਾ ਪੀਂਦਾ ਨਹੀਂ ਸੀ, ਵੀ ਹੁਣ ਤੂੰ ਨਸ਼ੇ ਕਿੱਥੋਂ ਲੱਗ ਗਿਆ ਕਰਨਾ, ਇੰਨੇ ਇੰਨੇ ਮਹਿੰਗੇ ਨਸ਼ੇ ਕਿੱਥੋਂ ਕਰਦਾ? ਇਹ ਤਾਂ ਖੁਰਾਕ ਆ, ਖੁਰਾਕ ਆ, ਕੰਮ ਕਰਨ ਵੇਲੇ ਮਾੜਾ ਮੋਟਾ ਖਾ ਲੈਂਦੀ ਆ। ਉਹ ਬਾਕੀ ਭਤੀਜੇ ਨੂੰ ਦੂਜਾ ਲਾ ਸਮਾਨਾ, ਇਹਨੂੰ ਵੀ ਸਰੀਰ ਜਿਹਾ ਟੁੱਟਿਆ ਪੈ ਜਾ ਤਾਂ। ਉਹ ਦੂਜਾ ਕਿਹੜਾ ਹੈਗਾ ਚਾਚਾ? ਇੱਕ ਫੀਮ ਫੂਮ ਤਾਂ ਉਹਦੇ ਸਾਹਮਣੇ ਕੁਛ ਨਹੀਂ, ਉਹਦੀ ਤਾਂ ਇੱਕ ਡੋਜੇ ਬਹੁਤ ਹੈਗੀ। ਸਵਰਗਾਂ ਦਾ ਝੂਟਾ ਬਣਾਉਂਦੀ ਆ ਸਵਰਗਾਂ ਦਾ। ਉਹ ਨਾ ਨਾ ਬਈ ਯਾਰ, ਮੈਂ ਨਹੀਂ ਹਜੇ ਕੁਛ ਕਰਦਾ ਹੈਗਾ, ਮੈਂ ਨਹੀਂ ਲਾਉਂਦਾ ਹੈਗਾ। ਲਾ ਕੇ ਤਾਂ ਦੇਖ ਭਤੀਜ ਯਾਰ, ਕੱਢ ਆ ਉਹ। ਨਾ ਨਾ ਸਾਹਮਣੇ ਕੇ ਰੱਖੀ ਬੈਠਾ। ਨਾ ਨਾ ਨਹੀਂ ਭਰੀਆਂ। ਉਹ ਨਾ ਨਾ ਭਤੀਜ, ਮੈਂ ਨਹੀਂ ਕਰਦਾ ਹੈਗਾ ਨਸ਼ੇ। ਮਤਲਬ ਜਿਹੜਾ ਤੁਸੀਂ ਖਵਾਉਣਾ, ਫੀਮ ਖਵਾਉਣੇ, ਉਹ ਹੀ ਬਹੁਤ ਹੈ। ਕੋਈ ਨੂੰ ਤਾਂ ਭਤੀਜ ਆਇਆ ਵੀ ਮੈਨੂੰ ਨਸ਼ੇ 'ਤੇ ਲਾਉਂਦੇ ਨੇ ਇਹ, ਇਹਨੂੰ ਆਪਣੇ 'ਤੇ ਤਬਾਰ ਨਹੀਂ ਹੈਗਾ। ਉਹ ਗੱਲ ਤਬਾਰ ਦੀ ਨਹੀਂ ਹੈਗੀ, ਤਬਾਰ ਤਾਂ ਤੁਹਾਡੇ 'ਤੇ ਹੈਗਾ ਹੈ, ਕੁਛ ਹੋਇਆ ਨਹੀਂ, ਆਹ ਦੇਖ ਲਾ ਤੇਰੇ। ਪਰ ਕਰੇ ਕਲੇਸ਼ ਹੋਈ ਜਾਂਦਾ, ਉਹਦਾ ਫਾਇਦਾ ਨਹੀਂ ਹੈਗਾ। ਉਹ ਕੁਛ ਨਹੀਂ, ਉਹਨੂੰ ਲਾ ਕੇ ਤਾਂ ਦੇਖ, ਵਾਹ ਆਪਣੇ 'ਤੇ ਤਬਾਰ ਨਹੀਂ ਯਾਰ ਭਤੀਜ, ਰਹਿਣ ਦੇ ਫਿਰ ਤੂੰ। ਉਹ ਤਬਾਰ ਵਾਲੀ ਗੱਲ ਨਹੀਂ, ਚੱਲ ਲੈ ਕੱਢ ਯਾਰ, ਕੱਢ ਕਿਹੜੀ ਡੋਜੇ ਲਵਾ, ਇਹ ਤਾਂ ਕਿੱਡੀ ਗੱਲ ਆ, ਇਹ ਦਿਨ ਦਾ ਤੋਲਾ ਲਾਉਂਦਾ ਗਾ, ਇਹਨੂੰ ਤਾਂ ਕੁਛ ਹੁੰਦਾ ਨਹੀਂ ਹੈ, ਤੈਨੂੰ ਭੋਰਾ ਨਹੀਂ ਹੋ ਜੂਗਾ, ਲਵਾ ਇਹਨੂੰ ਥੋੜ੍ਹਾ ਜਿਹਾ। ਲੈ ਭਤੀਜ ਲੈ, ਕਰ ਹੱਥ ਕਰ। ਉਹ ਮੈਨੂੰ ਨਹੀਂ ਲਾਉਣਾ ਹੁੰਦਾ ਹੈਗਾ। ਉਹ ਲੈ ਇੱਧਰੋਂ ਲਾ ਲਾ ਚਾਚਾ, ਕਿਉਂ ਘਬਰਾਉਂ ਮੈਂ, ਲੈ ਇਹਨੂੰ ਖਿੱਚ ਲੈ ਪੋਚ ਦੇ। ਦੇਖ ਆਉਂਦਾ ਸਵਰਗਾਂ ਦਾ ਝੂੰਟਾ। ਲੈ ਭਤੀਜ। ਕਿਉਂ ਚਾਚਾ, ਪੀਂਦੀਆਂ ਨੇ ਪਰੀਆਂ ਫਿਰ? ਮਹਾ ਦੇਖਣਗੀਆਂ ਹੁਣ ਤਾਂ। ਲੈ ਭਤੀਜ ਸਵਰਗਾਂ ਦਾ ਝੂੰਟਾ, ਸਾਂਭ ਆਪਣਾ ਸਮਾਨ। ਚੱਲ ਚਾਚਾ, ਹੁਣ ਤੂੰ
ਬੈਠ ਹੋ ਰੇ ਅਸੀਂ ਜਾਣੇ ਘਰੇ ਹੁਣ ਤੂੰ ਲੈ ਸੜਕਾਂ ਦੇ ਝੁੰਡੇ ਅਸੀਂ ਕਰ ਲੈ ਕੋ ਕੰਮ ਕਾਰ ਬਹਿ ਜਾਂਦੇ ਉਹ ਕੋਈ ਨਾ ਚਾਚਾ ਮੁੜਦੇ ਹੁਣ ਤੂੰ ਨਿਆਰੇ ਲੈ ਅਸੀਂ ਤੈਨੂੰ ਤੰਗ ਕਰਾਂਗੇ ਹੋਰ ਦੇਖ ਬਰੀ ਨਿਆਰੇ ਦਾ मेरी गल सुन तेरे को अग सवाह खान बथेरे तू आना चीजा खा गया पहला तीर्थ हाय मैं मर जा तू आ फा दे तेरा मरने हूं तू आ भी चुरसन लग गया तू मेरे ना बकवास ना कर मेरा शरीर पहले टुटा पे जा पैसे लेके दे मैं नशा लेना मैं तेनू किथों देवा मेरे को तो चार पैसे है नहीं भी मैं मुंडे दी फीस भर दियां मेरे नाल जवान ना लड़ा बाद ਪੌਂਗਣਾ ਕੁੱਤੇ ਨੇ ਪੈਸੇ ਲਿਆ ਦੇ ਸਿੱਧੀ ਹੋ ਗਏ ਜੇ ਮੇਰੇ ਕੋਲ ਹੁੰਦੇ ਫਿਰ ਮੈਂ ਤੇਰੇ ਤੋਂ ਮੰਗਣ ਆਉਂਦੀ ਮੈਂ ਮੇਰੀ ਗੱਲ ਸੁਣ ਕਿਉਂ ਘਰ ਨੂੰ ਬਰਬਾਦ ਕਰਨ ਲੱਗਿਆ ਕਿਉਂ ਘਰ ਖੂਜੇ ਲਾਉਣ ਲੱਗਿਆ ਆਹੀ ਕਸਰ ਰਹਿੰਦੀ ਸੀ ਹਜੇ ਤੂੰ ਮੇਰੇ ਨਾਲ ਬਕਵਾਸ ਕਿਉਂ ਕਰਦੀ ਹੈ ਮੈਂ ਤੈਨੂੰ ਕੀ ਕਹਾਂਗਾ ਫਾਤੂ ਹੋਈ ਪਈ ਅੱਜ ਫੀਸੇ ਮੰਗੀ ਅੱਜ ਵਾਗਦੀ ਮੈਂ ਜਾ ਪਰਾਂ ਮਰ ਫੇੜਾ ਵੈ ਜੇ ਮੈਂ ਤਾਂ ਕਹਿੰਦੀ ਉਹਨਾਂ ਦਾ ਜਿਨ੍ਹਾਂ ਨੇ ਤੈਨੂੰ ਨਸ਼ੇ ਤੇ ਲਾਇਆਗਾ ਮੈਂ ਤਾਂ ਕਹਿੰਦੀ ਮਰ ਜੇ ਆੜਵਾ ਗੁੜਮਾ ਉਹਨਾਂ ਦਾ ਵੀ ਮੇਰੀ ਗੱਲ ਤਾਂ ਸੁਣ ਲਾ ਮੇਰੇ ਸਾਲੇ ਦੀ ਆਹ ਵੇਚ ਕੇ ਆਉਣੀ ਬਹੁਤ ਸੈਂਕਲੀ ਜੀ ਫੇ ਮੇਰੀ ਗੱਲ ਸੁਣ ਹੁਣ ਇਹਨੂੰ ਕਿੱਧਰ ਲੈ ਕੇ ਚੱਲਿਆ ਓਏ ਵੇਚ ਕੇ ਆਪਦਾ ਨਸ਼ਾ ਤਾਂ ਲੈ ਕੇ ਆਉਣਾ ਫਿਰ ਹੁਣਾ ਵੇ ਤੇਰਾ ਦਿਮਾਗ ਫਿਰ ਗਿਆ ਤੇਰਾ ਦਿਮਾਗ ਪਾਗਲ ਹੋ ਗਿਆ ਵੇ ਤੂੰ ਯਾਦ ਕਰ ਜਦੋਂ ਕਹਿੰਦਾ ਸੀਗਾ ਮੇਰਾ ਫੁੱਲ ਵਰਗਾ ਪੁੱਤ ਹੈ ਮੈਂ ਉਹਨੂੰ ਲਿਆ ਕੇ ਦਿੱਤੀ ਹੈ ਸੈਂਕਲੀ ਉਹ ਖੇਡਿਆ ਕਰੂ ਵੇ ਅੱਜ ਤੂੰ ਆਪਦੇ ਨਸ਼ੇ ਦੇ ਦਲਦਲ ਦੇ ਵਿੱਚ ਆ ਕੇ ਇਹੀ ਵੇਚਣ ਚੱਲਿਆ ਓ ਤੂੰ ਪਰਾਂ ਹੋ ਜਾ ਮੈਨੂੰ ਛੱਡ ਦੇ ਤੂੰ ਛੱਡ ਦੇ ਇਹਨੂੰ ਮੈਂ ਤੈਨੂੰ ਕਹਿੰਦਾ ਛੱਡ ਦੇ ਇਹਨੂੰ ਮੈਂ ਸਾਹ ਮਾਪਦੀ ਸੈਂਕਲੀ ਸ਼ਰਮ ਨਹੀਂ ਆਉਂਦੀ ਤੈਨੂੰ ਕਰ ਦੀਆਂ ਚੀਜ਼ਾਂ ਚੱਕ ਚੱਕ ਕੇ ਵੇਚ ਰਿਆਂ ਹੁਣ ਪਤਾ ਨਹੀਂ ਕਿੱਧਰ ਡਿੱਬ ਗਿਆ ਮਰ ਗਿਆ ਲੈ ਜਾਣਾ ਉਹ ਕਿਉਂ ਭਤੀਜ ਦੇਖ ਮੇਰਾ ਯਾਰ ਦਾ ਇੰਨਾ ਟਾਈਟ ਹੋਇਆ ਸਣੇ ਚੱਪਲਾਂ ਲਈ ਪਿਆ ਮੰਜੇ ਤੇ ਉਹ ਯਾਰ ਕਾਹਦਾ ਚਾਚਾ ਇਹਦਾ ਸਾਲਾ ਆਪਣਾ ਸਭ ਤੋਂ ਵੱਡਾ ਦੁਸ਼ਮਣ ਹੈ ਉਹ ਚੱਲ ਕੋਈ ਨਾ ਉਹ ਜੱਗਿਆ ਉੱਠ ਖੜ ਬਾਹਰ ਟਾਈਟ ਹੋ ਗਿਆ ਕਿਉਂ ਭਤੀਜ ਉਹ ਦੇਖ ਲੈ ਚਾਚਾ ਕਿਤੇ ਮੇਰਾ ਸਾਲਾ ਉਂ ਤਾਂ ਨਹੀਂ ਮਰ ਮੁਰ ਗਿਆ ਕਿਤੇ ਗੱਲ ਤਾਂ ਤੇਰੀ ਸਹੀ ਹੈ ਭਤੀਜ ਹੈ ਨਾ ਵੀ ਤਾਂ ਚੱਲਦੀ ਨਹੀਂ ਕਮਾਲ ਹੋਈ ਚਾਚਾ ਇਹਦਾ ਚੜ ਗਿਆ ਗੱਡੀ ਉਹ ਚੱਲ ਆਪਾਂ ਉਰੋਂ ਬਾਗ ਚੱਲਦੇ ਹਾਂ ਕਿਤੇ ਆਪਣੇ ਗੱਲ ਪੈ ਜੇ ਇਹ ਆਪਣੇ ਦਾ ਕੀ ਗੱਲ ਪਊ ਮੇਰੇ ਤਾਂ ਹੁਣ ਜ਼ਿੰਮੇਵਾਰੀਆਂ ਵੀ ਦੋ ਹੋ ਗਈਆਂ ਉਹ ਕੀ ਚਾਚਾ ਇੱਕ ਤਾਂ ਇਹਦੀ ਜ਼ਮੀਨ ਸਾਹਮਣੀ ਪਊ ਦੂਜੀ ਤੇਰੇ ਚਾਚੀ ਕਿ ਨਹੀਂ ਇਹ ਵੀ ਗੱਲ ਹੈ ਤੇਰੀ ਬਾਕੀ ਇੱਥੋਂ ਜਾਣ ਨੂੰ ਆਪਾਂ ਕਿਹੜਾ ਮਾਰਿਆ ਗਾ ਇਹ ਤਾਂ ਨਸ਼ੇ 'ਚ ਟੁੰਨ ਹੋ ਕੇ ਮਰਿਆ ਗਾ ਉਹ ਚੱਲ ਚਾਚਾ ਆਪਾਂ ਬਾਗ ਚੱਲਦੇ ਹਾਂ ਕੀ ਪਤਾ ਹੁੰਦਾ ਕਿਸੇ ਦਾ ਚੱਲ ਜੇ ਤੂੰ ਕਹਿਣਾ ਚੱਲਦੇ ਹਾਂ ਚਾਚੀ ਵੀ ਜਾਵੇ ਤੇ ਜ਼ਮੀਨ ਵੀ ਜਾਵੇ ਓਏ ਆਪਣਾ ਕੋਈ ਕੀ ਕਰ ਲੂਗਾ ਇਕੱਲੀ ਤੀਵੀਂ ਆ ਆਪਣਾ ਕੀ ਕਰ ਲੂ ਸੁੱਕ ਜੇ ਜਾਊਗੀ ਭੋਰਾ ਹੋਰ ਓਏ ਹੋਰ ਭਰਜਾਈ ਕੀ ਕਰਨ ਲੱਗ ਗਈ ਭਰਜਾਈ ਨੂੰ 100 ਕੰਮ ਹੈ ਤੁਹਾਡੇ ਵਾਂਗੂ ਵੇਲੜ ਨਹੀਂ ਮੈਂ ਓਏ ਚਲੋ ਤਾਂ ਸਾਡਾ ਮੈਂ ਤਾਂ ਤੈਨੂੰ ਐ ਕਹਿਣ ਆਇਆ ਸੀ ਜਿਹੜਾ ਕੁਝ ਹੋ ਗਿਆ ਤੂੰ ਆਪਦਾ ਕੇਸ ਵਾਪਸ ਲੈ ਲੈ ਕੋਰਟ ਕਚਹਿਰੀਆਂ ਪੈਸੇ ਬਿਨਾ ਕੋਈ ਕੰਮ ਨਹੀਂ ਚੱਲਦਾ ਹੁੰਦਾ ਜਿਹੜੇ ਕੋਰਟ ਕਚਹਿਰੀਆਂ 'ਚ ਮੈਂ ਪੈਸੇ ਲਾਉਣੀ ਹੈ ਨਾ ਤੇਰੇ ਤੋਂ ਨਹੀਂ ਮੰਗੇ ਜੇ ਤੇਰੇ ਕੋਲ ਨਹੀਂ ਹੈਗੇ ਤਾਂ ਹਾਰ ਮੰਨ ਲਾ ਓਏ ਉਹ ਤਾਂ ਤੂੰ ਗੱਲ ਛੱਡ ਮੈਂ ਤੈਨੂੰ ਐ ਕਹਿਣਾ ਮੈਂ ਤੇਰਾ ਘਰ ਆ ਬਣਨ ਨੂੰ ਤਿਆਰ ਆ ਤੂੰ ਆਪਦਾ ਕੇਸ ਵਾਪਸ ਲੈ ਲੈ ਅਸੀਂ ਤੇਰੀ ਗਹਿਣੇ ਪਈ ਜ਼ਮੀਨ ਵੀ ਛੱਡ ਦਾਂਗੇ ਬਾਲੀ ਬਗਵਾਸ ਕਰਨ ਦੀ ਲੋੜ ਨਹੀਂ ਠੀਕ ਆ ਅਹੇ ਜੀਆਂ ਗੱਲਾਂ ਕਰਨਾ ਕਿਸੇ ਹੋਰ ਕੋਲੇ ਜਾ ਕੇ ਕਰੀ ਮੈਂ ਨਾ ਕਰਨੀਆਂ ਅਹੇ ਜੀਆਂ ਗੱਲਾਂ ਤੇ ਨਾ ਮੈਂ ਬਰਦਾਸ਼ਤ ਕਰਾਂ ਤੇ ਨਾਲੇ ਮੇਰੀ ਕੰਨ ਖੋਲ ਕੇ ਇੱਕ ਗੱਲ ਸੁਣ ਲੈ ਮੇਰੀ ਤੇ ਮੇਰੀ ਪੁੱਤ ਦੀ ਜ਼ਮੀਨ ਦਾ ਤੂੰ ਕੁਛ ਨਹੀਂ ਲੱਗਦਾ ਛੱਡ ਦੇ ਖਿਆਲ ਉਹਦਾ ਉਹ ਚੱਲ ਤੈਨੂੰ ਦੇਖ ਦਾਂਗੇ ਬੜ ਜੀ ਜ਼ਮੀਨ 'ਚ ਫਿਰ ਦੇਖ ਲਾਂਗੇ ਤੇਰੇ ਨਾਲ ਝੱਟ ਹੁਣ ਤਾਂ ਕੋਈ ਨਹੀਂ ਕੋਈ ਨਹੀਂ ਇਹ ਤਾਂ ਸਮਾਂ ਹੀ ਦੱਸੂ ਵੀ ਕੀ ਭਾ ਵੇਖਦੀ ਐ ਦੇਖ ਲਾਂਗੇ ਤੈਨੂੰ ਕੋਈ ਨਹੀਂ ਕੋਈ ਨਹੀਂ ਡਰਦੀ ਨਹੀਂ ਮੈਂ ਤੁਹਾਡੇ ਵਰਗਿਆਂ ਤੋਂ
ਚਾਚਾ ਆ ਕੀ ਹੈਗਾ ਆ ਕਬਜ਼ਾ ਤਾਂ ਆਪਣਾ ਇਹ ਜ਼ਮੀਨ ਤੇ ਇਹ ਕਿਵੇਂ ਵਿੱਚ ਕੰਬਾਈਨ ਵਾੜੀ ਬੈਠੀ ਇਹਦੇ ਕੋਈ ਨਾ ਭਤੀਜ ਆਪਾਂ ਹੁਣੀ ਰੋਕਦੇ ਆ ਕੰਬਾਈਨ ਆ ਕੀ ਸਮਝਦੀ ਆ ਤੇ ਆਪ ਨੂੰ ਇਹ ਉਹ ਕਿਹਨੂੰ ਪੁੱਛ ਕੇ ਲਾਈ ਆ ਤੂੰ ਕੰਬਾਈਨ गहने कीती है जमीन सानू ओने 2 लाख रुपया वरत गया साडे नूं बस कर बस कर मैं सारा जानदी आ ए जमीन मेरे बंदे ने लई सी समझ गए ना तुसी इन्ने भोले ना बनाओ नशे पत्ते खा गए सारे 2 लाख दे चिट्टा पता किन्ना महंगा सी 5000 नूं तोला रोज खांदा नहीं सी जवान नूं लगाम दे ला खवा के मारिया तुसीं खवा के मारिया मेरा बंदा तां चिट्टे नूं हाथ लाउंदा नहीं सी ਸਾਨੂੰ ਤਾਂ ਸਾਡੇ ਪੈਸੇ ਚਾਹੀਦੇ ਨਹੀਂ ਇੱਥੇ ਰੋਕਦੇ ਆ ਕੋਈ ਗੱਲ ਪੈਸੇ ਚਾਹੀਦੇ ਨਾ ਤੈਨੂੰ ਵੀ ਚਾਹੀਦੇ ਆ ਨਾ ਹੁਣ ਕਿ ਤੇਰੀ ਬੋਲਤੀ ਬੰਦ ਹੋ ਗਈ ਚਾਹੀਦੇ ਆ ਪੈਸੇ ਸਾਡੇ ਪੈਸੇ ਦੇ ਨਹੀਂ ਮਸ਼ੀਨ ਬੰਦ ਕਰ ਕੋਈ ਗੱਲ ਨਹੀਂ ਪੈਸੇ ਤੁਹਾਡੇ ਮੈਂ ਦਿੰਨੀ ਆ ਮਸ਼ੀਨ ਨਹੀਂ ਬੰਦ ਹੁੰਦੀ ਪੈਸੇ ਤੁਹਾਡੇ ਮੈਂ ਦਿੰਨੀ ਆ ਆ ਜਾ ਕਾਕਾ ਤੂੰ ਵੀ ਇੱਥੇ ਆ ਜਾ ਮਾੜਾ ਜਾ ਇਕੱਠੇ ਨੂੰ ਦੇ ਦੇਾਂਗੇ ਆਪਾਂ ਪੈਸੇ ਉਹ ਚਾਚੀ ਤੈਨੂੰ ਸਿੱਧੀ ਤਰ੍ਹਾਂ ਕਹਿਣੇ ਆਗੇ ਤੂੰ ਮਸ਼ੀਨ ਰੋਕ ਦੇ ਚੱਲ ਮਸ਼ੀਨ ਚੱਲਦੀ ਰਹਿੰਦੇ ਘਰੇ ਚੱਲ ਸਾਨੂੰ ਤਾਂ ਸਾਡੇ ਪੈਸੇ ਦੇ ਆ ਜਾ ਵੀ ਜੱਸੇ ਪੈਸੇ ਦੇ ਸਾਡੇ ਆ ਚੁੱਕ ਪੈਸੇ ਯਾ ਕੀ ਕਰੀ ਜਾਨੀ ਆ ਤੂੰ ਤੈਨੂੰ ਵੀ ਮੈਂ ਦੱਸਦੀ ਆ ਵੀ ਮੈਂ ਕੀ ਕਰਦੀ ਆ ਭਾਲਦੇ ਸੀ ਮੇਰੇ ਤੋਂ ਪੈਸੇ ਭਾਲਦੇ ਸੀ ਜ਼ਮੀਨ ਚੱਲ ਹੁਣ ਤਾਂ ਵਧੀਆ ਕੰਮ ਨਿਬੜਿਆ ਕਹਿ ਦੂੰਗੀ ਲੋਕਾਂ ਨੂੰ ਕਿ ਦੋਨੇ ਭਾਈ ਜ਼ਮੀਨ ਪਿੱਛੇ ਲੜ ਕੇ ਮਰ ਗਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਦੋਸਤੋ ਹੁਣ ਵਾਰੀ ਉਹਨਾਂ ਵੀਰਾਂ ਤੇ ਭੈਣਾਂ ਨਾਲ ਬੋਲਣ ਦੀ ਜਿਨ੍ਹਾਂ ਨੇ ਆਪਣੇ ਪਿਛਲੇ ਵੀਡੀਓ ਤੇ ਕਮੈਂਟ ਕੀਤੇ ਸੀ ਦੋਸਤੋ ਕਮੈਂਟ ਕਰਦੇ ਧਿਆਨ ਰੱਖਿਆ ਕਰੋ ਆਪਣੇ ਨਾਮ ਦੇ ਨਾਲ ਨਾਲ ਆਪਣਾ ਐਡਰੈਸ ਜਾਂ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖਦਿਆ ਕਰੋ ਤਾਂ ਜੋ ਅਸੀਂ ਤੁਹਾਡਾ ਨਾਮ ਬੋਲ ਸਕੀਏ ਆਪਣਾ ਪ੍ਰੋਪਰ ਨਾਮ ਵੀ ਬੋਲਦਿਆ ਕਰੋ ਕਈ ਵਾਰ ਚੈਨਲ ਤੇ ਨਾਮ ਗਲਤ ਕਿਸੇ ਹੋਰ ਦਾ ਲਿਖਿਆ ਹੁੰਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਣੇ ਕੋਲ ਕਮੈਂਟ ਆਇਆ ਜੀ ਹਰਜਿੰਦਰ ਭੁੱਲਰ ਜੀ ਮਾਨਸਾ ਤੋਂ ਸ਼ਿਵਦੀਪ ਕਾਰਤਿਕ ਜੀ ਪਿੰਡ ਬੁਰਜਮਾਨ ਸ਼ਾਹੀ ਜ਼ਿਲ੍ਹਾ ਬਠਿੰਡਾ ਪਾਲ ਖਹਿਰਾ ਜੀ ਪਿੰਡ ਚੂਸਲੇਵਟ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਵੀ ਕੇ ਸ਼ਰਮਾ ਜੀ ਵਾਲਾ ਤੋਂ ਸੰਦੀਪ ਔਇਲ ਪਿੰਡ ਜਲੂਰ ਜ਼ਿਲ੍ਹਾ ਸੰਗਰੂਰ ਜਗਮਿੱਤਰ ਢੀਂਡਸਾ ਰਾਜਪੁਰ ਮਰੇਲਕੋਟਲਾ ਗੁਰਜੋਤ ਢੀਂਡਸਾ ਸਰੀ ਵੈਨਕੂਵਰ ਕਨੇਡਾ ਰਣਜੀਤ ਸਿੰਘ ਲਖਵਿੰਦਰ ਕੌਰ ਦੀਪਕ ਮਨਕੂ ਜੀ ਰਜੌਰੀ ਗਾਰਡਨ ਨਵੀਂ ਦਿੱਲੀ ਕੁਲਦੀਪ ਸਿੰਘ ਜੀ ਪ੍ਰਭਜੋਤ ਸਿੰਘ ਮਿਆਨ ਮਜੀਦ ਤੇ ਜੈਨ ਜੀ ਅਰਜਾਨਾ ਸ਼ਹਿਰ ਜ਼ਿਲ੍ਹਾ ਡੋਬਾ ਟੇਕ ਸਿੰਘ ਵਾਲਾ ਪੰਜਾਬ ਪਾਕਿਸਤਾਨ ਸੁਖਵਿੰਦਰ ਸਿੱਧੂ ਜੀ ਅਸ਼ਵੀਨ ਮਸਤਾਨਾ ਜੀ ਹਰਿੰਦਰ ਬੈਨੀਪਾਲ ਜੀ ਅਸਰਫ ਸ਼ਕੀ ਜੀ ਚੀਚਾ ਵਤਨ ਪਾਕਿਸਤਾਨ ਤੋਂ ਅੰਮ੍ਰਿਤ ਭੰਗੂ ਜੀ ਪਿੰਡ ਭਾਈ ਕੇ ਪਿਛੋਰ ਤਹਿਸੀਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਜਸਵੀਰ ਤਲਵਾਣੀਆ ਜੀ USA ਤੋਂ ਜਸਪਾਲ ਸਿੰਘ ਸੁਖਦੇਵ ਸਿੰਘ ਭੰਮ ਜੀ ਕੈਨੇਡਾ ਤੋਂ ਰਣਿੰਦਰ ਸਿੰਘ ਜੀ ਮਲਕੀਤ ਕੌਰ ਜੀ ਡਾਕਟਰ ਬਲਜਿੰਦਰ ਅਟਵਾਲ ਪਿੰਡ ਉਮਰਵਾਲ ਬਿੱਲਾ ਜ਼ਿਲ੍ਹਾ ਜਲੰਧਰ ਹਰਦੀਪ ਗਿੱਲ ਜੀ ਟੈਕਨੀਕਲ ਮਿਊਜ਼ਿਕ ਚੈਨਲ ਤੋਂ ਵੀ ਕਮੈਂਟ ਆਇਆ ਹੈ ਜਸਵੀਰ ਕੌਰ ਜੋਤੀ ਜੀ ਦਰਮਿੰਦਰ ਰਾਮਗੜੀਆ ਜੀ ਵਿੰਦਰ ਸਿੰਘ ਜੀ ਗੋਸਾ ਯਸ਼ਟ ਰਾਜਪਾਲ ਸਿੰਘ ਪੂਰਨ ਧਾਲੀਵਾਲ ਪਿੰਡ ਦਰਾਜ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਮਨਦੀਪ ਗਰਜਾ ਜੀ ਪਿੰਡ ਕੁਹਾੜਾ ਜ਼ਿਲ੍ਹਾ ਲੁਧਿਆਣਾ ਬਲਜਿੰਦਰ ਸਿੰਘ ਜੀ ਮਾਨਸਾ ਤੋਂ ਸੁਖਪਾਲ ਸਿੰਘ ਸੁੱਖ ਜੀ ਜ਼ਿਲ੍ਹਾ ਫਰੀਦਕੋਟ ਤੋਂ ਗੁਰਤੇਜ ਸਿੰਘ ਜੀ ਸਾਹਿਬਜੋਤ ਸਿੰਘ ਜੀ ਰਾਜ ਸਿੰਘ ਜੀ ਖੀਵਾ ਮਾਨਸਾ ਤੋਂ ਹਰਿੰਦਰ ਸਿੰਘ ਜੀ USA ਤੋਂ ਸੋਨੀ ਸਿੱਧੂ ਜੀ ਜਸਪਾਲ ਰੰਧਾਵਾ ਜੀ ਰਾਹੀ ਮਾਝਾ ਜੀ ਸੰਧਾ ਵਾਲੀ ਅੰਮ੍ਰਿਤਸਰ ਤੋਂ ਗੁਰਸਿਮਰਨਜੀਤ ਸਿੰਘ ਜੀ ਕੁਲਵਿੰਦਰ ਸਿੰਘ ਸਿੰਘੂ ਜੀ ਬਠਿੰਡਾ ਤੋਂ ਸੋ ਦੋਸਤੋ ਇਹ ਵੀਰਾਂ ਅਤੇ ਭੈਣਾਂ ਦੇ ਆਪਣੇ ਕੋਲ ਹੁਣ ਤੱਕ ਜਾਣੀ ਕਿ 3:29 ਹੋ ਗਏ ਅਤੇ ਅੱਜ ਹੈਗਾ 18 ਅਕਤੂਬਰ 2022 ਸੋ ਦੋਸਤੋ ਇਹ ਟਾਈਮ ਤੱਕ ਜਿੰਨੇ ਵੀਰਾਂ ਅਤੇ ਭੈਣਾਂ ਨੇ ਕਮੈਂਟ ਕਰਤੇ ਸੀ ਆਪਣੇ ਪਿਛਲੇ ਵੀਡੀਓ 'ਤੇ ਉਹਨਾਂ ਆਪਾਂ ਸਭ ਦੀ ਨਾਂ ਬੋਲਦੇ ਅਤੇ ਜੋ ਵੀਰ ਅਤੇ ਭੈਣ ਇਸ ਵੀਡੀਓ 'ਤੇ ਕਮੈਂਟ ਕਰਨੇ ਕਿਤੇ ਆਪਣਾ ਨਾਮ ਅਤੇ ਐਡਰੈਸ ਦੱਸਣਗੇ ਉਹਨਾਂ ਦੇ ਆਪਾਂ ਨਾਮ ਅਗਲੇ ਵੀਡੀਓ ਦੇ ਐਂਡੇ ਜ਼ਰੂਰ ਬੋਲਾਂਗੇ ਤੁਹਾਡੇ ਵੱਲੋਂ ਸਾਡੇ ਚੈਨਲ ਦੋਸਤੋ ਬਹੁਤ ਹੀ ਜ਼ਿਆਦਾ ਪਿਆਰ ਮਿਲ ਰਿਹਾ ਸਾਡੇ ਵੀਡੀਓ ਬਹੁਤ ਵਧੀਆ ਚੱਲ ਰਹੇ ਨੇ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਦੋਸਤੋ ਜਿਹੜੇ ਦੋਸਤ ਨਵੇਂ ਆਏ ਨੇ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਦੋਸਤੋ ਹਰ ਮਹੀਨੇ ਆਪਣੇ 8 ਨਵੇਂ ਵੀਡੀਓ ਆਉਂਦੇ ਨੇ ਬਹੁਤ ਵਧੀਆ ਮੋਟੀਵੇਸ਼ਨਲ ਅਤੇ ਸਿੱਖਿਆ ਵਾਲੀਆਂ ਕਹਾਣੀਆਂ ਹੁੰਦੀਆਂ ਨੇ
सारे दोस्तों का साडे वीडियो नूं इन्ना ज़्यादा प्यार देने लई बहुत बहुत धन्यवाद जी। सत श्री अकाल दोस्तों।